ਪ੍ਰੋਗਰਾਮ 16 ਦੇ 7ਵੇਂ ਤੁਹਾਡਾ ਸਭ ਦਾ ਸਵਾਗਤ ਮੈਂ ਹਾਂ ਸੰਦੀਪ ਲਾਦੂ ਕਾ ਪੰਜਾਬ ਦੇ ਦੋ ਤਿੰਨ ਅਹਿਮ ਵਿਸ਼ੇ ਹੈ ਅਹਿਮ ਗੱਲਾਂ ਨੇ ਉਸ ਦੇ ਉੱਤੇ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਤਾਂ ਜਿਹੜਾ ਚਰਚਾ ਦਾ ਵਿਸ਼ਾ ਬਣਿਆ ਸਭ ਤੋਂ ਬਾਅਦ ਅੱਜਕੱਲ ਉਹ ਪੰਚਾਇਤੀ ਚੋਣਾਂ ਨੇ ਹਾਈ ਕੋਰਟ ਦੇ ਵਿੱਚ ਲਗਾਤਾਰ ਪਟੀਸ਼ਨਾਂ ਫਾਈਲ ਹੋ ਰਹੀਆਂ ਨੇ ਤੇ ਉਸ ਦੇ ਉੱਤੇ ਟਿੱਪਣੀਆਂ ਵੀ ਆ ਰਹੀਆਂ ਨੇ ਤੇ ਹੁਣ ਫੇਰ ਅੱਜ ਤਾਜ਼ਾ ਜਿਹੜੀ ਸੁਣਵਾਈ ਹੋਈ ਉਸ ਦੇ ਵਿੱਚ ਕੀ ਕੁਝ ਹੋਇਆ ਔਰ ਜਿੰਨਾ ਪੰਚਾਇਤਾਂ ਦੀਆਂ ਚੋਣਾਂ ਤੇ ਰੋਕ ਲੱਗੀ ਹੈ 14 ਅਕਤੂਬਰ ਤੱਕ ਕੀ ਬਣੇਗਾ ਇਸ ਦੁਚਿੱਤੀ ਦੇ ਦੌਰਾਨ ਜੋ ਜੋ ਗੱਲਾਂ ਸਾਹਮਣੇ ਨੇ ਉਸ ਤੇ ਚਰਚਾ ਕਰਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੀਆਂ ਸਰਗਰਮੀਆਂ ਜਦੋਂ ਦੀਆਂ ਪੰਚਾਇਤੀ ਚੋਣਾਂ ਦਾ ਇਹ ਵਿਗਲ ਵੱਜਿਆ ਰੌਲੇ ਰੱਪੇ ਨੇ ਉਦੋਂ ਤੋਂ ਵੀ ਮੈਦਾਨ ਦੇ ਵਿੱਚ ਨਿਤਰੇ ਨੇ ਤੇ ਜਿਸ ਦੇ ਉੱਤੇ ਉਹਨਾਂ ਦੇ ਆਪਣੇ ਪੁਰਾਣੇ ਸਾਥੀਆਂ ਨੇ ਸਵਾਲ ਚੁੱਕੇ ਨੇ ਕਿ ਜੋ ਤਨਖਾਹ ਹੀ ਆਕਰਾਰ ਦਿੱਤਾ ਹੋਵੇ ਤਾਂ ਕੀ ਉਹ ਜਾ ਸਕਦਾ ਹੈ ਸਰਗਰਮੀਆਂ ਕਰ ਸਕਦਾ ਜਦੋਂ ਤੱਕ ਸਜ਼ਾ ਨਹੀਂ ਮਿਲਦੀ ਪੂਰੀ ਨਹੀਂ ਕਰ ਲੈਂਦਾ ਜਾਂ ਫਿਰ ਨਹੀਂ ਜਾ ਸਕਦਾ ਇਸ ਦੇ ਉੱਤੇ ਵੀ ਬੜੀ ਬਹਿਸ ਛੜੀ ਹੋਈ ਹੈ ਇਸ ਤੇ ਗੱਲ ਕਰਾਂਗੇ ਔਰ ਤੀਜਾ ਮਸਲਾ ਵੀ ਇੱਕ ਮਹੱਤਵਪੂਰਨ ਹੈ ਜੋ ਕਿ ਇੱਕ ਐਸਐਸਪੀ ਫਾਜ਼ਲ ਕਾਨ ਨੇ ਸਾਰੇ ਥਾਣੇਦਾਰਾਂ ਨੂੰ ਹੁਕਮ ਦੇ ਦਿੱਤਾ ਹੈ ਕਿ ਜਿੱਥੇ ਜਿੱਥੇ ਤੁਹਾਡੇ ਇਲਾਕੇ ਦੇ ਵਿੱਚ ਜੇਕਰ ਪਰਾਲੀ ਨੂੰ ਅੱਗ ਲੱਗਦੀ ਹੈ ਤੇ ਜ਼ਿੰਮੇਵਾਰ ਤੁਸੀਂ ਹੋ ਤੁਹਾਨੂੰ ਲਾਈਨ ਹਾਜ਼ਰ ਵੀ ਕਰਾਂਗੇ ਵਿਭਾਗੀ ਕਾਰਵਾਈ ਵੀ ਕਰਾਂਗੇ ਸਾਰੀ ਗੱਲ ਦੇ ਉੱਤੇ ਵੀ ਚਰਚਾ ਕਰਾਂਗੇ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਭੋਲਰ ਜੀ ਆ ਸਭ ਤੋਂ ਪਹਿਲਾਂ ਤੇ ਜੀ ਪਟੀਸ਼ਨਾਂ ਜਿਹੜੀਆਂ ਪੈ ਰੀਆਂ ਨੇ ਫਾਈਲ ਹੋ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚ ਵੀ ਅੱਜ ਬਹੁਤ ਵੱਡਾ ਇਕੱਠ ਹੋਇਆ ਜਿਹੜੇ ਪੰਜ ਸਰਪੰਚ ਆਏ ਹੋਏ ਸੀ ਇਸੇ ਤਰ੍ਹਾਂ ਕਾਂਗਰਸ ਨੇ ਤਿਆਰੀ ਖਿੱਚੀ ਹੋਈ ਐ ਇਸੇ ਤਰ੍ਹਾਂ ਆਪਣੇ ਪੱਧਰ ਦੇ ਉੱਤੇ ਵੀ ਲੋਕ ਜਾ ਰਹੇ ਆ ਅੱਜ ਦੀ ਜਿਹੜੀ ਹਾਈ ਕੋਰਟ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਔਰ ਜਿਹੜੀ ਪਹਿਲਾਂ ਪੰਚਾਇਤਾਂ ਤੇ ਰੋਕ ਲੱਗੀ ਐ ਸਾਰੇ ਕਿਹੜੇ ਪਾਸੇ ਨੂੰ ਜਾ ਸਕਦਾ ਮੋੜਾ ਵੱਜ ਸਕਦਾ ਕੱਟਿਆ ਜਾ ਸਕਦਾ देखो संदीप ਜਿਵੇਂ ਲਗਾਤਾਰ ਪਟੀਸ਼ਨਾਂ ਪੈ ਰੀਆਂ ਔਰ ਅੱਜ ਵੀ 100 ਤੋਂ ਜ਼ਿਆਦਾ ਨਵੀਆਂ ਪਟੀਸ਼ਨਾਂ ਪਈਆਂ ਔਰ ਕੱਲ ਵੀ ਕਹਿੰਦੇ ਬਹੁਤ ਸਾਰੀਆਂ ਪਟੀਸ਼ਨਾਂ ਪੈ ਰਹੀਆਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਹਾਈ ਕੋਰਟ ਤੋਂ ਰੀਲੀਫ ਮਿਲ ਰਹੀ ਹੈ ਕਿਉਂਕਿ ਨਾ ਤੇ ਪੰਜਾਬ ਸਰਕਾਰ ਨੇ ਲੋਕਾਂ ਨੂੰ ਰਾਹਤ ਦਿੱਤੀ ਆਮ ਆਦਮੀ ਪਾਰਟੀ ਦੀ ਧੱਕਾਸ਼ਾਹੀ ਦਿਖੀ ਹੈ ਇਲੈਕਸ਼ਨ ਕਮਿਸ਼ਨ ਚੁੱਪ ਕਰਕੇ ਬੈਠਾ ਰਿਹਾ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਹਾਈ ਕੋਰਟ ਤੋਂ ਰੀਲੀਫ ਮਿਲੀ ਹੈ ਤੇ ਫਿਰ ਧੜਾ ਧੜਾ ਥੋਕ ਦੇ ਭਾਅ ਦੇ ਨਾਲ ਪਟੀਸ਼ਨਾਂ ਪਈਆਂ ਨੇ ਪਟੀਸ਼ਨਾਂ ਦਾ ਨਿਪਟਾਰਾ ਹੋ ਚੁੱਕਾ ਹੈ ਕੱਲ ਵੀ 300 ਦੇ ਕਰੀਬ ਪਟੀਸ਼ਨਾਂ ਨਿਪਟਾਰਾ ਆਏ ਕਿ 375 ਤੇ ਸਟੇ ਲਾਈ ਗਈ ਹੈ ਅੱਜ ਨਵੀਆਂ ਪਟੀਸ਼ਨਾਂ ਪਈਆਂ ਉਹ ਕੱਲ ਤੱਕ ਟਾਲ ਦਿੱਤੀਆਂ ਗਈਆਂ ਨੇ ਲੇਕਨ ਨਾਲ ਜਿਹੜੇ ਅੱਜ 48 ਤੋਂ 46 ਜਿਹੜੀਆਂ ਪਟੀਸ਼ਨਾਂ ਪਈਆਂ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਸਰਕਾਰ ਦੇ ਦਬਾਅ ਹੇਠ ਪ੍ਰਸ਼ਾਸਨ ਨੇ ਕਾਗਜ਼ ਰੱਦ ਕੀਤੇ ਉੱਥੇ ਵੀ ਚੋਣਾ ਕਰਵਾਈਆਂ ਜਾਣ ਮਤਲਬ ਇਸ ਸਰਕਾਰ ਦੇ ਮੂੰਹ ਤੇ ਲਗਾਤਾਰ ਦੋ ਦਿਨ ਤੋਂ ਚਪੇੜ ਵਜ ਰਹੀ ਹੈ ਧਾਰਨ ਦੇ ਤੌਰ ਤੇ ਜਿਹੜਾ ਕਰਾਚੋ ਪਿੰਡ ਸੰਗਰੂਰ ਦਾ ਬੜਾ ਫੇਮਸ ਪਿੰਡ ਹੋ ਗਿਆ ਉਸ ਪਿੰਡ ਦੇ ਵਿੱਚ ਵੀ ਕਾਗਜ਼ ਰੱਦ ਹੋ ਗਏ ਤੇ ਧੱਕੇ ਨਾਲ ਇੱਕ ਸਰਪੰਚ ਬਣ ਗਿਆ ਬਾਕੀ ਇਹਨੂੰ ਮੌਕਾ ਨਹੀਂ ਮਿਲਿਆਗਾ ਹੁਣ ਉੱਥੇ ਇਲੈਕਸ਼ਨ ਹੋਏਗੇ ਮਤਲਬ ਕਈਆਂ ਨੇ ਪੰਚਾਇਤਾਂ ਨੇ ਤੇ ਕਈਆਂ ਨੇ ਸਰਪੰਚਾਂ ਨੇ ਹਾਰ ਵੀ ਗੱਲ ਦੇ ਵਿੱਚ ਪਵਾਲੇ ਸੀ ਕਈਆਂ ਨੇ ਲੱਡੂ ਵੀ ਖਵਾ ਲਏ ਸੀ ਆਪਣਾ ਮੂੰਹ ਵੀ ਮਿੱਠਾ ਕਰ ਲਿਆ ਦੂਜਿਆਂ ਦਾ ਮੂੰਹ ਮਿੱਠਾ ਕਰ ਲਿਆ ਆਪਣਾ ਮੂੰਹ ਵੀ ਕੋੜਾ ਕਰ ਲਿਆ ਦੂਜਿਆਂ ਦਾ ਮੂੰਹ ਵੀ ਕੋੜਾ ਕਰਵਾ ਲਤਾ ਹੁਣ ਦੁਬਾਰਾ ਹਾਰ ਪਏ ਜਾਣਗੇ ਦੁਬਾਰਾ ਲੱਡੂ ਖਵਾਏ ਜਾਣਗੇ ਤੇ ਖਾਦੇ ਜਾਣਗੇ ਤੇ ਦੁਬਾਰਾ ਤੋਂ ਮੂੰਹ ਕੋੜੇ ਕੀਤੇ ਜਾਣਗੇ ਤੇ ਕਰਵਾਏ ਜਾਣਗੇ ਇਹ ਸਰਕਾਰ ਨੂੰ ਚਾਹੀਦਾ ਸੀ ਪਹਿਲੇ ਦਿਨ ਜਿੱਦਾਂ 300 ਪਟੀਸ਼ਨਾਂ ਗਈਆਂ ਨੇ ਤੇ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਇੱਕ ਚੁੱਪ ਕਰਕੇ ਆਪਣੀ ਇੱਜ਼ਤ ਬਚਾਉਂਦੇ ਹਾਈ ਕੋਰਟ ਦੇ ਵਿੱਚ ਐਫੀਡੀਪਟ ਦਾਇਰ ਦਾਖਲ ਕਰਦੇ ਹੈਗੇ ਕਿ ਅਸੀਂ ਜਿੱਥੇ-ਜਿੱਥੇ ਲੋਕਾਂ ਦੇ ਕਾਗਜ਼ ਰੱਦ ਹੋਇਆ ਹੈ ਜੈਨੂਨ ਜੇ ਕਾਗਜ਼ ਰੱਦ ਹੋਏ ਨੇ ਕਿਸੇ ਨੇ ਪਹਿਲੀ ਦਿਨ ਗੱਲ ਸਰਕਾਰ ਨੂੰ ਚਾਹੀਦਾ ਸੀ ਕਿ ਇਲੈਕਸ਼ਨ ਸਾਰੇ ਪਿੰਡਾਂ 'ਚ ਕਰਵਾਉਂਦੇ ਆ ਜੀ ਐਨਓਸੀ ਅਸੀਂ ਸਾਰੇ ਨੂੰ ਦਵਾਂਗੇ ਕਿਉਂਕਿ ਐਨਓਸੀ ਨਹੀਂ ਦਿੱਤੀ ਬੀਡੀਪੀਓ ਐਸਡੀਐਮ ਤਹਿਸੀਲਦਾਰ ਸਰਕਾਰ ਦੇ ਹੱਥ ਠੋਕਾ ਬਣ ਕੇ ਰਹਿ ਗਏ ਨੇ ਸਰਕਾਰ ਦੀ ਇੱਕੋ ਇੱਜ਼ਤ ਬਚਦੀ ਹਾਈ ਕੋਰਟ ਦੇ ਵਿੱਚ ਐਫੀਡੀਵੀਡ ਦਾਖਲ ਕਰ ਦੇ ਕਿ ਜਿਨ੍ਹਾਂ ਦੇ ਵੀ ਜੈਨੂਅਲ ਤੌਰ ਤੇ ਕਾਗਜ਼ ਰੱਦ ਹੋ ਗਏ ਉਹ ਜਿੱਥੇ ਧੱਕੇਸ਼ਾਹੀ ਹੋਈ ਆ ਅਸੀਂ ਉਹਨਾਂ ਸਾਰੀਆਂ ਪੰਚਾਇਤਾਂ ਦੀ ਅਸੀਂ ਇਲੈਕਸ਼ਨ ਦੁਬਾਰਾ ਕਰਵਾਵਾਂਗੇ ਕਾਗਜ਼ ਮਨਜ਼ੂਰ ਕਰਾਂਗੇ ਔਰ ਨਵੇਂ ਸਿਰੋ ਕਰਵਾਵਾਂਗੇ ਹੁਣ 300 ਬੀਤੇ ਦਿਨ ਹੋ ਗਏ ਆ 46 ਆ ਜੋਗੀਆਂ 100 ਦੀ ਭੜਕੇ ਸੁਣਵਾਈ ਆ 100 ਕੀ ਹੋਰ ਪੈ ਜਾਨੀ ਆ ਘੱਟੋ ਘੱਟ ਜਦ ਹਾਈ ਕੋਰਟ ਵੀ ਦੇ ਦੇਖੂਗਾ ਕਿ ਮੇਰੇ ਕੋਲ 6-700 ਪਟੀਸ਼ਨਾਂ ਆ ਗਈਆਂ ਹੂੰ ਤੇ ਮੈਂ ਇਸੇ ਕਰਕੇ ਆ ਹਾਈ ਕੋਰਟ ਇਸ ਕਰਕੇ ਤੇ ਨਹੀਂ ਹੈਗਾ ਜਿਹੜੇ ਕੰਮ ਚੋਣ ਕਮਿਸ਼ਨ ਦੇ ਸੀ ਫਰਜ਼ ਚੋਣ ਕਮਿਸ਼ਨ ਨੇ ਆਪਣੇ ਫਰਜ਼ ਨਹੀਂ ਨਿਭਾਏ ਉਹਨੇ ਕੁਤਾਹੀ ਕੀਤੀ ਹੈ ਸਰਕਾਰ ਨੇ ਆਪਣੇ ਫਰਜ਼ਾਂ ਦੀ ਨਾਲ ਖਲਵਾੜ ਕੀਤਾਗਾ ਜਿਹੜੀ ਜ਼ਿੰਮੇਵਾਰੀ ਪੰਜਾਬ ਦੀ ਜਨਤਾ ਦੇ ਉਹ ਜ਼ਿੰਮੇਵਾਰੀ ਦਾ ਸਰਕਾਰ ਨੇ ਜਲੂਸ ਕੱਢਿਆ ਧੱਕੇਸ਼ਾਹੀ ਕੀਤੀ ਹੈ ਕਾਨੂੰਨ ਦੀਆਂ ਧਜੀਆਂ ਢਾਈਆਂ ਤੇ ਹਾਈ ਕੋਰਟ ਦੇ ਵਿੱਚ ਭੀੜ ਪੈ ਗਈ ਪਟੀਸ਼ਨਾਂ ਦੀ ਥੋਕ ਦੇ ਭਾਦੇ ਨਾਲ ਆਈਆਂ ਤੇ ਫਿਰ ਇੱਕੋ ਚਾਰਾ ਹੋ ਸਕਦਾ ਕਿ ਜੇ 600 ਪਟੀਸ਼ਨ ਪੈ ਗਈ ਤਾਂ ਉਸ ਦਾ ਫਿਰ ਨਵੇਂ ਸਿਰੋਂ ਪੰਜਾਬ ਭਰ ਦੇ ਵਿੱਚ ਜਿਹੜੀ ਆ ਚੋਣ ਕਰਵਾਈ ਜਾਊਗੀ ਔਰ ਫਿਰ ਜਿਹੜੇ ਇਲਾਕੇ ਦੇ ਦਸੀਲਰ ਐਸ ਡੀ ਐਮ ਬੀ ਡੀ ਪੀਓ ਉਹ ਸਾਰੇ ਫਿਰ ਐ ਨੱਕ ਚ ਕਹਿੰਦੇ ਨੇ ਤੇ ਪਾਈਏ ਸਿੱਧੇ ਹੋ ਜਾਣਗੇ ਕਿਉਂਕਿ ਉਹਨਾਂ ਨੇ ਧਜੀਆਂ ਅੜਾਈਆਂ ਉਹਨਾਂ ਨੇ ਕਾਗਜ਼ ਰੱਦ ਕੀਤੇ ਐ ਐਨਓਸੀ ਜਾਰੀ ਨਹੀਂ ਕੀਤੀ ਚੁੱਲਾ ਟੈਕਸ ਦਾ ਵਿਵਾਦ ਰਿਆ ਚੋਣ ਚੋਣ ਸਿੰਬਲ ਅਲਾਰਟ ਹੋ ਗਏ ਫਿਰ ਕਾਗਜ਼ ਰੱਦ ਕੀਤੇ ਗਏ ਹੈਗੇ ਨੇ ਇਹ ਜਿਹੜੀ ਹੈ ਗਿਆ ਹੁਣ ਇਹ ਸੋ ਸਪਸਟ ਹੋ ਰਿਹਾ ਕਿ ਹੋ ਸਕਦਾ ਹਾਈ ਕੋਰਟ ਪੱਕੇ ਤੌਰ ਤੇ ਨਵੇਂ ਸਿਰੋਂ ਚੋਣ ਕਮਿਸ਼ਨ ਨੂੰ ਹਦਾਇਤਾਂ ਕਰਨ ਕਿ ਨਵੇਂ ਸਰੋ ਇਹ ਦੁਬਾਰਾ ਚੋਣ ਕਰਵਾਈ ਜਾਵੇ ਨਵੇਂ ਸਰੋ ਜਿਹੜੀ ਚੋਣ ਪ੍ਰਕਿਰਿਆ ਵਾ ਉਹ ਦੁਬਾਰਾ ਹੋਵੇ ਇਹ ਸਰਕਾਰ ਜਾਣਬੁੱਝ ਕੇ ਚਾਹੁੰਦੀ ਹੈ ਕਿ ਲੋਕਾਂ ਦੇ ਜਿੱਤੀ ਚ ਬੜੇ ਆ ਨਾ ਹੁਣ ਜਿਵੇਂ ਪਿੱਛੇ ਜੇ 250 250 ਪੰਚਾਇਤਾਂ ਨੇ ਜਿਹੜੀਆਂ ਉਹਨਾਂ ਤੇ ਰੋਕ ਲੱਗਦੀ ਹੈ 14 ਅਕਤੂਬਰ ਤੱਕ ਹੁਣ 14 ਨੂੰ ਫੈਸਲਾ ਕੀ ਆਉਂਦਾ ਸਾਰੀ ਗੱਲ ਹੈਗੀ ਹੈ ਉਸ ਤੇ ਨਿਰਭਰ ਹੁਣ ਉਹ ਘੱਟੋ ਘੱਟ 250 ਪੰਚਾਇਤਾਂ ਬੜੀਆਂ ਦੁਜੀਤੀ ਦੇ ਵਿੱਚ ਨੇ ਪੰਬਲਪੂਸੇ ਚ ਨੇ ਕਿ ਸਾਡੀ 15 ਨੂੰ ਚੋਣ ਹੋਣੀ ਵੀ ਹੈ ਕਿ ਨਹੀਂ ਹੋਣੀ ਅਸੀਂ ਪ੍ਰਚਾਰ ਕਰੀਏ ਕਿ ਨਾ ਕਰੀਏ ਸਾਡਾ ਕੀ ਬਣੇਗਾ ਉਸ ਦੇ ਬਾਰੇ ਵੀ ਉਹਨਾਂ ਨੂੰ ਕੋਈ ਪਤਾ ਨਹੀਂ ਹੈ ਦੇਖੋ ਉਹ ਤੇ ਹਾਈ ਕੋਰਟ ਜਿਸ ਹਾਈ ਕੋਰਟ ਚ ਕੇਸ ਲਗਾ ਉਹਨੂੰ ਵੀ ਪਤਾ ਹੈਗਾ ਕਿ ਜਿਹੜਾ ਬੰਦਾ ਇਸ ਟਾਈਮ ਪੰਬਲਪੂਸੇ ਦੇ ਵਿੱਚ ਦੁਜੀਤੀ ਦੇ ਵਿੱਚ ਹੈ ਕਿ ਮੈਂ ਪ੍ਰਚਾਰ ਕਰਾਂ ਕਿ ਨਾ ਕਰਾਂ ਮੈਂ ਆਪਣੇ ਪੋਸਟਰ ਛਪਾਵਾਂ ਕਿ ਨਾ ਛਪਾਵਾਂ ਮੈਂ ਪੰਮਫਲਟ ਕਰਾਂ ਕਿ ਨਾ ਕਰਾਂ ਮੈਂ ਪਿੰਡ ਦੇ ਵਿੱਚ ਪੰਮਫਲਟ ਲਾਵਾਂ ਡੋਰ ਟੂ ਡੋਰ ਜਾਵਾਂ ਕਿ ਨਾ ਜਾਵਾਂ ਮੈਂ ਤਿਆਰੀ ਕਰਦਾ ਰਿਹਾ ਕਿ ਚੋਣ ਕੈਨਸਲ ਹੋ ਜੇ ਜਾਂ ਮੈਂ ਇਸ ਕਰਕੇ ਨਾ ਤਿਆਰੀ ਕਰਕੇ ਪਤਾ ਨਹੀਂ ਗਾਂ ਪੈ ਜਾਣੀ ਤੇ ਮੈਂ ਮੇਰੇ ਹੱਥੋਂ ਵੇਲਾ ਨਿਕਲ ਜੇ ਜਾਂ ਮੈਂ ਖੁੰਝ ਜਾ ਹੁਣ 14 ਤਰੀਕ ਨੂੰ ਦੁਪਹਿਰ ਤੱਕ ਅਗਰ 15 ਤਰੀਕ ਨੂੰ ਵੋਟਾਂ ਸਰਕਾਰ ਨੇ ਵੀ ਤਿਆਰੀ ਕਰਨੀ ਚੋਣ ਅਮਲੇ ਨੇ ਵੀ ਤਿਆਰੀ ਕਰਨੇ 69000 ਦੇ ਕਰੀਬ ਚੋਣ ਅਮਲਾ ਸਟਾਫ ਸਰਕਾਰ ਨੇ ਫਿਰ ਪੁਲਿਸ ਵੀ ਤਾਇਨਾਤ ਕਰਨੀ ਆਈ ਹੈ 14 ਤਰੀਕ ਨੂੰ ਜਿਹੜੀ ਸੁਣਵਾਈ ਹੋ ਸਕਦਾ ਹੈ ਕਿ ਜਿਹੜੀਆਂ 14 ਵਾਲੀ ਸੁਣਵਾਈ ਆ ਉਹ ਹੋ ਸਕਦਾ ਜਿਹੜੀਆਂ 300 ਪੰਚਾਇਤਾਂ ਦਾ ਫੈਸਲਾ ਨਾ ਉਹ ਇਲੈਕਸ਼ਨ ਸ਼ਾਇਦ ਬਾਅਦ ਜੋਵੇ ਜੀ ਬੜਾ ਕਲੀਅਰ ਕੱਟ ਫੰਡਾ ਹੈਗਾ ਕਿ ਜਿਹੜੇ ਪਿੰਡਾਂ ਨੇ ਪਟੀਸ਼ਨ ਦਾਖਲ ਕੀਤੀ ਹੈ ਜੇ ਹਾਈ ਕੋਰਟ ਨੂੰ ਲੱਗਾ ਕਿ ਵਾਕਈ ਇੱਕ ਵੀ ਮੈਂਬਰ ਪੰਚਾਇਤ ਦੀ ਅਗਰੇ ਸਰਕਾਰ ਨੇ ਨਾਮਿਨੇਸ਼ਨ ਰੱਦ ਕੀਤੀ ਸੀ ਜੇ ਸਰਕਾਰ ਅਦਾਲਤ ਨੂੰ ਲੱਗਾ ਕਿ ਵਾਕਈ ਉਹ ਧੱਕਾ ਹੋਇਆ ਨਜਾਇਜ਼ ਤੌਰ ਤੇ ਗਲਤ ਤਰੀਕੇ ਦੇ ਨਾਲ ਉਹਦੀ ਜਿਹੜੀ ਆ ਨਾਮਜ਼ਦਗੀ ਰੱਦ ਕੀਤੀ ਗਈ ਉਸ ਪਿੰਡ ਦੇ ਵਿੱਚ ਦੁਬਾਰਾ ਇਲੈਕਸ਼ਨ ਹੋਊਗੇ ਸਵਾਲ 1 ਇਹ ਹੈ ਜਾਂ ਦੂਜਾ ਸਵਾਲ ਹੈ ਕਿ ਕੀ ਬਾਕੀ ਜਿਹੜੀ ਪੰਚਾਇਤ ਚੁਣੀ ਜਾਊਗੀ ਤੇ ਜਿਸ ਨੇ ਪਟੀਸ਼ਨ ਪਾਈ ਹੈ ਜੇ ਮੰਨ ਲਓ ਕਿ ਨੇ ਸਰਪੰਚੀ ਦੀ ਉਹਦੀ ਨਾਮਜ਼ਦਗੀ ਪੱਤਰ ਦਾਖਲ ਤੇ ਫਿਰ ਉਹ ਸਰਪੰਚ ਦੀ ਇਲੈਕਸ਼ਨ ਰੁਕ ਜੂਗੀ ਤੇ ਮੈਂਬਰ ਪੰਚਾਇਤ ਦੀ ਹੋਊਗੀ ਪਰ ਇਦਾਂ ਦੋਨੇ ਮੈਨੂੰ ਲੱਗਦਾ ਕਿ ਜਿਹੜੀਆਂ ਦਲੀਲਾਂ ਐਡੀਆਂ ਵਜਨਦਾਰ ਨਹੀਂ ਲੱਗਦੀਆਂ ਜਿਹੜੀ ਆਪਾਂ ਡਿਸਕਸ ਕਰ ਰਹੇ ਹਾਂ ਕਿਉਂਕਿ ਇਦਾਂ ਤੇ ਹੋ ਨਹੀਂ ਸਕਦਾ ਕਿ ਇੱਕ ਵਾਰ ਸਰਪੰਚ ਦੇ ਬੈਲਟ ਪੇਪਰ ਤਿਆਰ ਕਰ ਇਕ ਵਾਰ ਮੈਂਬਰ ਪੰਚਾਇਤ ਦੇ ਇਸ ਕਰਕੇ ਮੈਨੂੰ ਜ਼ਿਆਦਾ ਜਿਹੜਾ ਇਹ ਲੱਗਦਾ ਹੈਗਾ ਕਿ ਕਿਸੇ ਵੀ ਪਿੰਡ ਦੇ ਵਿੱਚ ਚਾਹੇ ਉਹ ਸਰਪੰਚ ਦੀ ਹੈ ਚਾਹੇ ਮੈਂਬਰ ਪੰਚਾਇਤ ਦੀ ਜਿਹੜੀ ਨਾਮਜ਼ਦਗੀ ਰੱਦ ਕੀਤੀ ਗਈ ਉਸ ਪਿੰਡ ਦੀ ਮੁਰ ਤੋਂ ਨਵੇਂ ਸਿਰਿਓਂ ਜਿਹੜੀ ਆ ਉਹ ਪੰਚ ਇਲੈਕਸ਼ਨ ਹੋਏਗੀ ਫਿਰ ਉਸ ਤੋਂ ਬਾਅਦ ਕਈ ਹੋਰ ਵੀ ਆਣਗੇ ਕਿ ਅਸੀਂ ਪਹਿਲਾਂ ਸਾਨੂੰ ਡਰਾਇਆ ਗਿਆ ਇਹ ਧਮਕਾਇਆ ਗਿਆ ਅਸੀਂ ਡਰਦਿਆਂ ਮਾਰਿਆਂ ਜਾਂ ਧਮਕਾ ਮਕਾ ਦਿੱਤਾ ਸੀ ਅਸੀਂ ਨੋਮੀਨੇਸ਼ਨ ਨਹੀਂ ਦਾਖਲ ਕਰੇ ਫਿਰ ਜਿਹੜੇ ਤੇ ਮੰਨ ਲਓ ਇੱਕ ਪਿੰਡ ਦੇ ਵਿੱਚ ਇਸ ਟਮ ਸੱਤ ਲੋਕਾਂ ਨੇ ਅਪਲਾਈ ਕੀਤਾ ਸੀ ਜਿਹੜਾ ਸਤਵਾਂ ਬੰਦਾ ਸੀ ਉਹ ਆਮ ਆਦੀ ਪਾਰਟੀ ਦਾ ਸੀ 6 ਜਣੇ ਦੇ ਕਾਗਜ਼ ਰੱਦ ਹੋ ਗਏ ਹੁਣ 7 ਦੇਗੇ ਹੁਣ ਪਤਾ 8ਵਾਂ 9ਵਾਂ 10ਵਾਂ 11ਵਾਂ ਬੰਦਾ ਵੀ ਆ ਸਕਦਾ ਕਿ ਪਹਿਲਾਂ ਜੀ ਸਾਨੂੰ ਡਰ ਸੀ ਖੋਪ ਸੀ ਇਸ ਕਰਕੇ ਅਸਵੀ ਇਲੈਕਸ਼ਨ ਪ੍ਰਕਿਰਿਆ ਦੇ ਵਿੱਚ ਸ਼ਾਮਲ ਹੋਣਾ ਚਾਹੁੰਦੇ ਮੈਨੂੰ ਜਿਆਦਾ ਉਮੀਦ ਲੱਗਦੀ ਹੈ ਕਿ 14 ਤਰੀਕ ਨੂੰ ਜਿਹੜਾ ਫੈਸਲਾ ਆਊਗਾ ਉਹ ਪੰਜਾਬ ਦੀ ਜਨਤਾ ਦੇ ਹਿੱਤ ਵਿੱਚ ਆਊਗਾ ਪੰਜਾਬ ਦੇ ਲੋਕਾਂ ਦੇ ਵੀ ਇੱਕ ਹੱਕ ਦੇ ਵਿੱਚ ਆਊਗਾ ਉਹ ਜਿਨ੍ਹਾਂ ਨੇ ਪਟੀਸ਼ਨ ਕਰਤਾ ਨੇ ਜਿਨ੍ਹਾਂ ਪਟੀਸ਼ਨਰ ਉਹਨਾਂ ਨੂੰ ਰਾਹਤ ਮਿਲੂਗੀ ਕਿ ਉਹ ਨਵੇਂ ਸਿਰੋਂ ਜਿਸ ਜਿਸ ਪਿੰਡ ਦੇ ਵਿੱਚ ਪੰਚਾਇਤ ਜਿਹੜੀ ਜਿੱਥੋਂ ਵੀ ਕਿਸ ਨੇ ਪਟੀਸ਼ਨ ਦਾਖਲ ਕੀਤੀ ਆ ਉਹ ਨਵੇਂ ਸਿਰੋ ਜਿਹੜੀ ਆ ਉਹ ਚੋਣਾ ਹੋਣ ਗਿਆ ਔਰ ਜਿਆਦਾ ਜਿਹੜੇ ਚਾਂਸ ਇਹ ਲੱਗਦਾ ਕਿ 15 ਤਰੀਕ ਜਿਹੜਾ 14 ਨੂੰ ਫੈਸਲਾ ਹੋਊਗਾ ਹੋ ਸਕਦਾ ਹੈ ਕਿ ਸਰਕਾਰ ਵਾਲੋ ਇੱਕ ਹੈਗਾ ਨਾ ਕਹਾਵਤ ਕਿ ਨਾਤੀ ਧੋਤੀ ਰਹਿ ਗਈ ਪਿੰਡੇ ਤੇ ਮੱਖੀ ਬਹਿ ਗਈ ਉਹ ਨਾ ਕਿਤੇ ਹਾਲ ਹੋਗੇ ਕਿ ਸਰਕਾਰ ਤਿਆਰੀ ਕਰਕੇ ਬੈਠੀ ਹੋਵੇ ਤੇ ਹਾਈ ਕੋਰਟ ਕਹਵੇ ਕਿ ਨਹੀਂ ਸਰਕਾਰ ਨੇ ਜ਼ਬਰ ਕੀਤਾ ਸੀ ਧੱਕੇਸ਼ਾਹੀ ਕੀਤੀ ਸੀ ਲੋਕਾਂ ਦੀਆਂ ਚੁਣ-ਚੁਣ ਕੇ ਪਟੀਸ਼ਨਰ ਉਹ ਨਾਮਜ਼ਦਗੀ ਪੱਤਰ ਰੱਦ ਕੀਤੇ ਕੈਨਸਲ ਕੀਤੇ ਆਪਣੇ ਖੱਜਲਖਵਾਰ ਕੀਤਾ ਐਨਓਸੀ ਜਾਰੀ ਨਹੀਂ ਕੀਤੀ ਚੁੱਲਾ ਟੈਕਸ ਨਹੀਂ ਮਿਲੇਗੇ ਇਸ ਕਰਕੇ ਨਵੇਂ ਸਿਰੇ ਤੋਂ ਜਿਹੜੀ ਆ ਪੂਰੀ ਪੰਜਾਬ ਦੇ ਵਿੱਚ ਇਲੈਕਸ਼ਨ ਪ੍ਰੋਸੈਸ ਕਰਵਾਇਆ ਜਾਵੇ ਹੋ ਸਕਦਾ 15 ਦੀ ਬਜਾਏ ਫਿਰ 22 ਹੋ ਜਾਏ ਜਾਂ 22 ਦੀ ਜਗ੍ਹਾ 27 ਹੋ ਜਾਏ ਡਿਲੇ ਹੋਣ ਦੇ ਜਿਹੜੀ ਜਿਹੜੀਆਂ ਚਾਂਸ ਨੇ ਉਹ ਜ਼ਿਆਦਾ ਨੇ ਇੱਕ ਸੱਤਾ ਦੇ ਵਿੱਚ ਚਲੋ ਦਬਾਅ ਦੇ ਕਰਕੇ ਪਹਿਲੀਆਂ ਸਰਕਾਰਾਂ ਵੇਲੇ ਵੀ ਹੁਣ ਵੀ ਜਿਸ ਤਰ੍ਹਾਂ ਦੀ ਤਸਵੀਰ ਦੇਖਣ ਨੂੰ ਮਿਲੀ ਹੈ ਕਿ ਧੱਕੇਸ਼ਾਹੀ ਹੋਈ ਹੈ ਇਹ ਧੱਕੇਸ਼ਾਹੀ ਸ਼ਬਦ ਤੋਂ ਜਿਹੜੇ ਆਰਓ ਨੇ ਬੀਡੀਪੀਓਜ਼ ਨੇ ਜਾਂ ਹੋਰ ਜ਼ਿੰਮੇਵਾਰ ਅਫਸਰ ਨੇ ਕੀ ਉਹ ਬਰੀ ਕਰ ਦਿੱਤੇ ਜਾਣਗੇ ਚਾਹੇ ਧੱਕੇ ਵਿੱਚ ਸ਼ਾਮਲ ਤਾਂ ਉਹ ਵੀ ਸੀ ਕੀ ਦੁਬਾਰਾ ਇਲੈਕਸ਼ਨ ਕਰਾ ਲੈਣਾ ਹੀ ਹੱਲ ਹੈ ਜਾਂ ਉਹਨਾਂ ਨੂੰ ਮਿਸਾਲੀ ਸਾਜਾ ਵੀ ਨਾਲੋਂ ਨਾਲ ਮਿਲਣੀ ਚਾਹੀਦੀ ਹੈ ਕਿ ਤੁਸੀਂ ਦਬਾਅ ਚ ੱਲੋ ਹੀ ਨਾ ਜੇ ਦਬਾਅ ੱਲਣਾ ਹੈ ਤੇ ਲਿਖ ਕੇ ਦੇ ਦਿਓ ਕਿ ਸਾਡੇ ਤੇ ਆਹ ਦਬਾਅ ਪਾ ਰਹੇ ਨੇ ਤੇ ਫਿਰ ਹੋਵੇ ਹੀ ਨਾ ਇੱਥੋਂ ਤੱਕ ਨੌਬਤ ਨਾ ਆਵੇ ਦੇਖੋ ਅਫਸਰ ਤੱਕਾ ਕਰਦੇ ਨਹੀਂ ਉਹਨਾਂ ਕੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਉਹਨਾਂ ਦੀ ਜਿਹੜੀ ਪੈਸਾ ਬਣਾਉਣ ਦੀ ਲਾਲਸਾ ਨਾਲ ਜਾਂ ਕੁਰਸੀ ਦੀ ਲਾਲਸਾ ਵਾ ਉਹਨਾਂ ਕੋਈ ਗਲਤ ਕੰਮ ਕਰਵਾਉਂਦੇ ਆ ਹੁਣ ਉਹ ਕਈ ਕਿ ਹਾਈ ਕੋਰਟ ਦਾ ਫੈਸਲਾ ਡਿੱਕਣਗੇ ਕਿ ਜੇ ਹਾਈ ਕੋਰਟ ਦਾ ਫੈਸਲਾ ਆ ਗਿਆ ਕਿ ਕਿਸੇ ਦੇ ਕਾਗਜ਼ ਰੱਦ ਨਹੀਂ ਹੋਣੇ ਚਾਹੀਦੇਗੇ ਫਿਰ ਸਾਰੇ ਜਿਹੜੇ ਅਫਸਰ ਨੇ ਸੁਰਖਰੂ ਹੋ ਜਾਣਗੇ ਇਸ ਕਰਕੇ ਇਹ ਵੀ ਹੋ ਸਕਦਾ ਹੈ ਕਿ ਹਾਈ ਕੋਰਟ ਆਰਡਰ ਪਾਸ ਕਰ ਦੇ ਕਿ ਜਿਹੜੇ ਫਲਾਣੇ ਫਲਾਣੇ ਜਿਹੜੇ ਏਰੀਆ ਦੇ ਵਿੱਚ ਜਿਹੜੇ ਜ਼ਿੰਮੇਵਾਰ ਆਫੀਸਰ ਸੀ ਉਹਨਾਂ ਨੂੰ ਉੱਥੋਂ ਪਬਲਿਕ ਡੀਲਿੰਗ ਤੋਂ ਹਟਾਇਆ ਜਾਵੇ ਜਿਨ੍ਹਾਂ ਨੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕੀਤੀ ਇਹ ਵੀ ਫੈਸਲਾ ਆ ਸਕਦਾ ਹੈਗਾ ਨਾ ਕਈ ਅਫਸਰ ਅੱਗੇ ਚਾਹੁੰਦੇ ਨੇ ਕਿ ਹਾਈ ਕੋਰਟ ਤੋਂ ਹੁਕਮ ਆ ਜੇ ਕਿ ਸਾਨੂੰ ਕੀ ਹੈ ਅਸੀਂ ਤਾਂ ਸਾਰਿਆਂ ਦੇ ਇਲੈਕਸ਼ਨ ਕਰਵਾ ਦਾਂਗੇ ਸਾਨੂੰ ਕੀ ਲੋੜ ਹੈ ਚੁੱਲਾ ਟੈਕਸ ਨਾ ਦੇਂਦੀ ਜਾਂ ਐਨਓਸੀ ਰੋਕਣ ਦੀ ਜਾਂ ਖੱਜਲ ਖਵਾਰੀ ਕਰਨ ਦੀ ਜਾਂ ਧੱਕੇ ਦੇ ਨਾਲ ਨਾਮਜ਼ਦਗੀ ਦਾਖਲ ਉਹ ਤੇ ਹਾਈ ਕੋਰਟ ਦੇ ਕਈ ਤੇ ਹਾਈ ਕੋਰਟ ਦਾ ਫੈਸਲਾ ਡਿੱਕਣਗੇ ਕਈ ਹਾਈ ਕੋਰਟ ਤੋਂ ਡਰ ਜਾਣਗੇ ਹਾਈ ਕੋਰਟ ਦੇ ਫੈਸਲਾ ਪਾਸ ਕਰਦੇ ਵੈਸੇ ਤੇ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਰਾਜ ਕਮਲ ਚੌਧਰੀ ਸਾਹਿਬ ਨੂੰ ਚਾਹੀਦਾ ਹੈ ਕਿ ਇਹਨਾਂ ਵੀ ਮੂਕ ਦਰਸ਼ਕ ਨਾ ਬਣ ਕੇ ਬੈਠੋ ਜਿਹੜੇ ਜਿਹੜੇ ਏਰੀਆ ਦੇ ਵਿੱਚ ਸ਼ਿਕਾਇਤਾਂ ਘੱਟੋ ਘਾਟ ਤੁਸੀਂ ਸਰਕਾਰ ਨੂੰ ਤਾਂ ਕਹੋ ਕਿ ਉਹ ਜਿਹੜੇ ਆਰਓ ਨੇ ਉਹ ਬਦਲ ਦੋ ਚਾਹੇ ਉਹ ਆਰਓ ਹੈ ਬੀਡੀਪੀਓ ਲੱਗਾ ਚਾਹੇ ਉਹ ਐਸਡੀਐਮ ਲੱਗਾ ਜਾਏ ਤਹਿਸੀਲਦਾਰ ਲੱਗਾ ਉਹਨੂੰ ਬਦਲ ਦੇਣਾ ਚਾਹੀਦਾ ਜਿਸ ਤੋਂ ਸ਼ਿਕਾਇਤਾਂ ਹੁਣ ਦੇਖੋ ਕਿ ਅੱਜ ਸੰਗਰੂਰ ਮੋਗਾ ਤੇ ਪਟਿਆਲਾ ਤੇ ਤਰਨਤਾਰਨ ਤੋਂ ਸ਼ਿਕਾਇਤਾਂ ਘੱਟੋ ਘਾਟ ਜਿਸ ਜਿਸ ਸਬਡਿਵੀਜ਼ਨ ਤੋਂ ਸ਼ਿਕਾਇਤਾਂ ਆਈਆਂ ਨੇ ਉਥੋਂ ਦੇ ਆਰਓ ਤੇ ਨਵੇਂ ਅਰੋ ਲਾਉਣੇ ਚਾਹੀਦੇ ਨੇ ਮੈਨੂੰ ਲੱਗਦਾ 14 ਤਰੀਕ ਦਾ ਜਿਹੜਾ ਫੈਸਲਾ ਉਹ ਕਾਫੀ ਮਹੱਤਵਪੂਰਨ ਫੈਸਲਾ ਹੋਊਗਾ ਤਿੰਨ ਚਾਰ ਮੈਨੂੰ ਲੱਗਦਾ ਕਿ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਫੈਸਲਾ ਆਸਦਾ ਇੱਕ ਤੇ ਪੂਰਾ ਪੰਜਾਬ ਦੀ ਜਿਹੜੀ 15 ਤਰੀਕ ਨੂੰ ਚੋਣ ਇਲੈਕਸ਼ਨ ਉਹ ਮੁਲਤਵੀ ਹੋ ਸਕਦੀ ਹੈ ਜਾਂ ਜਿਹੜੀਆਂ 4 500 ਪੰਚਾਇਤਾਂ ਹੋਣਗੀਆਂ ਜਾਂ ਕੱਲ ਤੱਕ ਹੋਰ 100 ਪੈਟੀਸ਼ਨਾਂ ਪੈਗੀਆਂ ਮੰਨ ਕੇ ਚਲੋ 500 ਹੀ ਮੰਨ ਕੇ ਇੱਕ ਲੈ ਲੈਂਦੇ ਅੰਕੜਾ ਲੈ ਲਏ 500 ਪੰਚਾਇਤਾਂ ਨੇ 500 ਪੰਚਾਇਤਾਂ ਦਾ ਹੋ ਸਕਦਾ ਹੈ ਕਿ 15 ਨਵੰਬਰ 15 ਅਕਤੂਬਰ ਤੋਂ ਬਾਅਦ ਚੋਣਾਂ ਹੋਣ ਇਹ ਵੀ ਪਾਸ ਕਰਾ ਸਕਦਾ ਹੈ ਕਿ ਜਿਹੜੇ ਮੌਜੂਦਾ ਰਟਰਨਿੰਗ ਅਫਸਰ ਨੇ ਉਹਨਾਂ ਨੂੰ ਬਦਲ ਕੇ ਕੋਈ ਹੋਰ ਲਾਏ ਜਾਣ ਕੁਝ ਨਾ ਕੁਝ ਤੇ ਹਾਈ ਕੋਰਟ ਨੂੰ ਉੱਤੇ ਰਾਹਤ ਦੇਣੀ ਪੈਣੀ ਲੋਕਾਂ ਨੂੰ ਸਾਫ ਇਹ ਨਹੀਂ ਹੈ ਕਿ ਲੋਕੀ ਬਾਅਦ ਸੁਪਰੀਮ ਕੋਰਟ ਜਾਣਾ ਪਵੇਗਾ ਹਾਈ ਕੋਰਟ ਨੇ ਜਿਸ ਦਾ ਬੀਤੇ ਦਿਨ ਸਰਕਾਰ ਦੀ ਝਾੜ ਝੰਬ ਕੀਤੀ ਹੈ ਸਰਕਾਰ ਕਹਿੰਦੀ ਸਾਨੂੰ ਇੱਕ ਦਿਨ ਦੇ ਕਹਿੰਦੇ ਇੱਕ ਦਿਨ ਹੀ ਇੱਕ ਘੰਟਾ ਇੱਕ ਘੰਟੇ ਦੇ ਵਿੱਚ ਆਪਣਾ ਸਟੇਟਸ ਰਿਪੋਰਟ ਦਾਖਲ ਕਰੋਗੇ ਉਸ ਤੋਂ ਬਾਅਦ ਇਹ ਕਹਿੰਨਾ ਸਟੇ ਲਾ ਦਿੰਦੀ ਹੈਗੇ ਹੁਣ 14 ਤਰੀਕ ਦਾ ਬਹੁਤ ਮਹੱਤਵਪੂਰਨ ਹੈ ਜਿਆਦਾ ਜਿਹੜੇ ਚਾਂਸ ਇਹ ਲੱਗਦੇ ਨੇ ਕਿ ਔਰ ਨਵੇਂ ਸਿਰਤੋਂ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਗੀਆਂ ਔਰ ਦੂਜਾ ਕਈਆਂ ਨੇ ਪੈਸੇ ਬੜੇ ਲਾਏ ਨੇ ਕਈਆਂ ਨੇ ਜਿਹੜੇ ਪਿੰਡ ਨੇ ਰਿజర్ਵ ਤੋਂ ਜਰਨਲ ਕਰਵਾਏ ਉਹ ਮੋٹے ਪੈਸੇ ਲੱਗੇ ਨੇ ਕਈਆਂ ਨੇ ਜਰਨਲ ਤੋਂ ਰਿజర్ਵ ਕਰ ਦਿੱਤਾ ਹੈਗਾ ਕਈ ਐਮਐਲਏ ਆਪਣੇ ਮਾਮਿਆਂ ਨੂੰ ਸਰਪੰਚ ਬਣਾਈ ਫਿਰਦੇ ਕਈ ਆਪਣੇ ਚਾਚੇ ਬੰਜੇ ਫੁੱਫੜ ਬੰਜੇ ਕੋਈ ਕਹਿੰਦੇ ਕਿ ਮੇਰਾ ਸਹੌਰਾ ਬੰਜੇ ਕੋਈ ਕਹਿੰਦਾ ਮੇਰਾ ਚਾਚਾ ਸਹੌਰਾ ਬੰਜੇ ਨੇ ਉਹ ਸਾਰੇ ਜਿਹੜੇ ਨੇ ਲੋਕਾਂ ਦੇ ਖਰਚੇ ਨੇ ਕਈ ਪਿੰਡਾਂ ਜਿੱਥੇ ਕਿਤੇ 50 50 60 60 ਲੱਖ ਰੁਪਈਆ ਵੀ ਲੱਗ ਚੁੱਕਾ ਹੂੰ ਜੇ ਖੁਦਾ ਨਾ ਖਾਸਾ ਹਾਈ ਕੋਰਟ ਦਾ ਅਜਿਹਾ ਫੈਸਲਾ ਗਿਆ ਕਿ ਹਫਤੇ ਬਾਅਦ ਸੇ ਇਲੈਕਸ਼ਨ ਟਾਲ ਦਿੱਤੀ ਗਈ ਮਲਤਵੀ ਕਰ ਦਿੱਤੀ ਉਹਨਾਂ ਦਾ ਖਰਚਾ ਹੀ ਵਾਧੂ ਕਿਉਂਕਿ ਪਿੰਡਾਂ ਦੇ ਵਿੱਚ ਐਸਐਮ ਦਾਰੂ ਸ਼ੁੱਕੇ ਦਾ ਜੋਰ ਚੱਲ ਰਿਹਾ ਹੈਗਾ ਗਰੀਬਾਂ ਦੀਆਂ ਵੋਟਾਂ ਵੀ ਖਰੀਦੀਆਂ ਜਾ ਰਹੀਆਂ ਹੈਗੀਆਂ ਨੇ ਦਾਰੂ ਵੀ ਪੂਰੀ ਚੱਲ ਰਹੀ ਹੈਗੀ ਆ ਉਹ ਲੋਕਾਂ ਦਾ ਖਰਚਾ ਵੱਧ ਵੀ ਗਿਆ ਹੈਗਾ ਤੇ ਜੇ ਸਥਿਤੀ 'ਚ ਸਰਕਾਰ ਨੂੰ ਵੈਸੇ ਚਾਹੀਦਾ ਹੈਗਾ ਸੀ ਕਿ ਜੇ ਤੁਸੀਂ ਵਾਕਈ ਇਮਾਨਦਾਰ ਜਾਂ ਕੱਟੜ ਇਮਾਨਦਾਰ ਜਾਂ ਤੁਸੀਂ ਕਹਿੰਦੇ ਕਿ ਇਹ ਰਾਜਨੀਤੀ ਕਰਨੀ ਹੈ ਰਾਜਨੀਤੀ ਸਿੱਖਣਾ ਹੈਓ ਤੇ ਫਿਰ ਇਹ ਵਾਲੀਆਂ ਆਮ ਆਦੀ ਪਾਰਟੀ ਦੇ ਜਿਹੜੇ ਕੁਝ ਕੁ ਚੰਦ ਕੀ ਐਮਐਲਏ ਉਹਨਾਂ ਨੂੰ ਇਹ ਕਰਤੂਤਾ ਨਹੀਂ ਕਰਨੀਆਂ ਚਾਹੀਦੀਆਂ ਸੀ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਉਣੇ ਚਾਹੀਦੇ ਸੀ ਐਨਓਸੀ ਨਹੀਂ ਰੋਕਣੀ ਚਾਹੀਦੀ ਹੈਗੀ ਸੀ ਤੱਕੇ ਨਾਲ ਸਰਵ ਸੰਮਤੀਆਂ ਨਹੀਂ ਕਰਾਉਣੀਆਂ ਚਾਹੀਦੀਆਂ ਸੀ ਡਰਾਉਣਾ ਨਹੀਂ ਚਾਹੀਦਾ ਸੀ ਗੈਂਗਸਟਰਾਂ ਨੂੰ ਪੈਸੇ ਨਹੀਂ ਸੀ ਮੰਗਣੇ ਚਾਹੀਦੇ ਹੈ ਕਿ ਨੇ ਘਟੋ ਘਟ ਅਜਿਹੇ ਕੰਮ ਤੇ ਨਾ ਕਰਦੇ ਹੁਣ ਜਿਵੇਂ ਖਬਰ ਛਪੀ ਹੈਗੀ ਹੈ ਕਿ 3200 ਤੋਂ ਜ਼ਿਆਦਾ ਜਿਹੜੇ ਸਰਪੰਚ ਨੇ ਉਹ ਸਰਵ ਸੰਮਤੀ ਦੇ ਨਾਲ ਚੁਣੇ ਗਏ ਨੇ ਤੇ 2112 ਸਰਵ ਸੰਮਤੀ ਦੇ ਨਾਲ ਪੰਚਾਇਤਾਂ ਚੁਣੀਆਂ ਗਈਆਂ ਹੁਣ ਅੰਕੜਾ ਦੇਖੋ ਨਾ ਇੱਕ ਪਾਸੇ 3202 ਸਰਪੰਚ ਦੂਜੇ ਪਾਸੇ 2111 ਪੰਚਾਇਤਾਂ ਮਤਲਬ ਜਾਂ ਦੇ ਸਰਪੰਚ ਪੂਰੀ ਪੰਚਾਇਤ ਹੀ ਸਰਵ ਸੰਮਤੀ ਨਾਲ ਚੁਣੀ ਜਾਵੇ ਜਾ ਫਿਰ ਉਹ ਸਿਰਫ ਨਾ ਹੋਵੇ ਹੁਣ ਇਹ ਇਹ ਅੰਕੜੇ ਨੇ ਕਿ ਕਿਤੇ ਧੱਕੇ ਦੇ ਨਾਲ ਸਰਪੰਚ ਚੁਣੇ ਗਏ ਨੇ ਕਿਤੇ ਧੱਕੇ ਨਾਲ ਸਰਬਸੰਮਤੀ ਚੁਣੀਆਂ ਗਈਆਂ ਗਈਆਂ ਇੱਕਾ ਦੁੱਕਾ ਕੁਝ ਕੀ ਪਰਸੈਂਟ ਹੋਣਗੇ ਜਿੱਥੇ ਪੂਰੀ ਦੀ ਪੂਰੀ ਪੰਚਾਇਤ ਸਰਬਸੰਮਤੀਆਂ ਜਿਹੜੀ ਜਿਆਦਾ ਦੇ ਇਸ ਵਾਰ ਐਮਐਲਏ ਨੇ ਧੱਕੇ ਨਾਲ ਜਿਹੜੇ ਸਰਬਸੰਮਤੀਆਂ ਕਰਵਾ ਦਿੱਤੀਆਂ ਖਾਸ ਕਰਕੇ ਮਾਝੇ ਦੇ ਵਿੱਚ ਜਾਂ ਫਿਰੋਜ਼ਪੁਰ ਵਾਲੀ ਬੈਲਟ ਦੇ ਵਿੱਚ ਜਾਂ ਸੰਗਰੂਰ ਵਾਲੇ ਪਾਸੇ ਦੀਆਂ ਜਿਹੜੇ ਖਬਰਾਂ ਆਈਆਂ ਉੱਥੇ ਜਿਆਦਾ ਧੱਕੇਸ਼ਾਹੀ ਦੇਖੀ ਗਈ ਹੈ ਹੁਣ ਕਈ ਜਿਹੜੇ ਨਿਰਵਿਰੋਧ ਚੁਣੇ ਗਏ ਮੁਕਾਬਲਾ ਨਹੀਂ ਆ ਬਸ ਉੱਥੇ ਤੇ ਫਿਰ ਉਹ ਉਹ ਮਸਲ ਮੈਨ ਪਾਵਰ ਮੈਨ ਮਨੀ ਮੈਨ ਸਭ ਕੁਝ ਚੱਲਿਆ ਗਿਆ ਮੁਕਾਬਲੇ ਚ ਕੋਈ ਰੱਖਿਆ ਹੀ ਨਹੀਂ ਗਿਆ ਤੇ ਮੁਕਾਬਲਾ ਹੋਣਾ ਕੀ ਹੈ ਹਾਂ ਇੱਥੇ ਮਤ ਸਾਰਾ ਕੁਝ ਚੱਲਿਆ ਨਾ ਧੱਕਾ ਵੀ ਚੱਲਿਆ ਧੰਨ ਵੀ ਚੱਲਿਆ ਜ਼ੋਰ ਵੀ ਚੱਲਿਆ ਜ਼ਬਰ ਵੀ ਚੱਲਿਆ ਬੁਰਸ਼ਾਗਰਦੀ ਵੀ ਚੱਲੀ ਆ ਗਈ ਇਸ ਕਰਕੇ ਜਿਆਦਾ ਜਿਹੜੇ ਚਾਂਸ ਸੇ ਬਣ ਰਿਹਾ ਹੈਗੇ ਕਿ ਪੰਜਾਬ ਚ 15 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਟਾਲਣ ਦੇ ਜ਼ਿਆਦਾ ਅਸਰ ਹੋ ਸਕਦੇ ਜਿਸ ਤਰ੍ਹਾਂ ਲਗਾਤਾਰ ਜਿਹੜੀਆਂ ਪਟੀਸ਼ਨਾਂ ਪਰੀਆਂ ਕੱਲ 350 ਦਾ ਹੋਇਆ ਅੱਜ 100 ਦਾ ਹੋਇਆ 100 ਨਵੀਆਂ ਪੈ ਗਈਆਂ ਹੋ ਸਕਦਾ ਹੈ ਕਿ ਹਜੇ ਲੋਕੀ ਹੋਰ ਇਕੱਠੇ ਕਰਕੇ ਕਿਉਂਕਿ ਵਕੀਲਾਂ ਦੀਆਂ ਫੀਸਾਂ ਵੀ ਮੋਟੀਆਂ ਨੇ ਬੰਦਾ ਚੰਡੀਗੜ੍ਹ ਆਉਣ ਤੋਂ ਵੀ ਡਰਦਾ ਹੈਗਾ ਪਰ ਕਈ ਹੁੰਦੇ ਕਿ ਬੜੇ ਸਿਰੜ ਹੀ ਹੁੰਦੇ ਨੇ ਜਿਹੜਾ ਬੰਦੇ ਜੈਨੂ ਹੁੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਦੇਖੀਓਗੇ ਭੱਜਦੇ ਆਣ ਵਾਣੇ ਕੋਈ ਬੰਦਾ ਸੁਪਰੀਮ ਕੋਰਟ ਤੱਕ ਵੀ ਚਲਾ ਜਾਂਦਾ ਪਿੰਡਾਂ 'ਚ ਉਹ ਗਰਾਈਆਂ ਇਕੱਠੀਆਂ ਕਰਨੀਆਂ ਹੋਗੀਆਂ ਪੈਸੇ ਇਕੱਠੇ ਕਰੋ ਵਕੀਲਾਂ ਦੀਆਂ ਫੀਸਾਂ ਦਿਓ ਤੇ ਕੋਈ ਨਾ ਸਟੇ ਮਿਲ ਜੇ ਜਿਹੜੀ ਜਿਹੜੀ ਪੰਚਾਇਤ ਦਾ ਸਟੇ ਮਿਲ ਗਿਆਗਾ ਫਿਰ ਉੱਥੋਂ ਦੇ ਜਿਹੜੇ ਸਬੰਧਤ ਹਲਕਿਆਂ ਦੇ ਰਿਟਰਨਿੰਗ ਅਫਸਰ ਨੇ ਉਹ ਫਿਰ ਧੱਕਾ ਨਹੀਂ ਕਰਨਗੇ ਫਿਰ ਉਹਨਾਂ ਨੂੰ ਚੂਲੇ ਟੈਕਸ ਜਾਂ ਐਨਓਸੀ ਵੀ ਦੇਣੀ ਪੈਣੀ ਹੈਗੀਆ ਉਹਨਾਂ ਦੇ ਕਾਗਜ਼ ਵੀ ਹੁਣ ਲੋਕਾਂ ਨੂੰ ਇੱਕ ਹੋਰ ਮੌਕਾ ਮਿਲ ਜੂਗਾ कि ਜਿਨ੍ਹਾਂ ਦੀ ਇਕਾਦੁਕਾ ਦੀ ਕਮੀ ਪੇਸ਼ੀ ਰਹਿ ਗਈ ਹੋਊਗੀ ਅਗਲੇ ਹੁਣ ਵਕੀਲਾਂ ਕੋ ਜਾਂ ਜਿਹੜੇ ਤਜਰਬੇਕਾਰ ਉਹਨਾਂ ਕੋ ਨਾਮਿਨੇਸ਼ਨ ਆ ਭਰਨਗੇ ਚੈੱਕ ਕਰ ਲਗੇ ਕਿ ਦਸਕਤ ਕਿੱਥੇ ਗਏ ਹੁਣ ਰੱਦ ਕੇ ਕਹਿੰਦੇ ਤੁਸੀਂ ਦਸਕਤੇ ਅਜਿਹਾ ਲਿਖਿਆ ਹੁੰਦਾ ਨਾ ਬਿਨੇ ਕਰਤਾ ਉਹਦੇ ਜੀ ਤੁਸੀਂ ਥੱਲੇ ਕਰਨੇ ਸੀ ਉੱਪਰ ਕਰਤੇ ਜੇ ਉੱਪਰ ਕਿਤੇ ਥੱਲੇ ਕਰਤੇ ਦੱਸੋ ਇਹ ਕੋਈ ਨਾਮਿਨੇਸ਼ਨ ਰੱਦ ਕਰਨ ਦਾ ਤੱਕ ਮੰਦੀ ਹੈਗੀ ਆ ਅਛਾ ਜੀ ਇਦਾਂ ਕਰੋ ਤੁਹਾਡੇ ਤਾਂ ਹੋਰ ਦੇ ਠੀਕ ਹੈ ਪਰ ਤੁਸੀਂ ਆਪਣੇ ਗਲੀ ਦੇ ਨਾਲ ਬੂਏ ਦੇ ਨਾਲ ਖੁਰਲੀ ਬਣਾਈ ਸੀ ਹੂੰ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਇਹ ਕੋਈ ਰੱਦ ਕਰਨ ਦਾ ਸਵਾਲ ਹੈ ਹੂੰ ਤੇ ਸ਼੍ਰੀ ਐਮ ਡੀਐਸਪੀ ਫਾਈਲਾਂ ਚੁੱਕ ਕੇ ਭਜ ਗਏ ਗਿੱਦੜ ਬਾਏ ਦੇ ਵਿੱਚ ਸਿੰਬਲ ਅਲਰਟ ਹੋ ਗਏ ਤਦ ਵੀ ਉਥੋਂ ਦੇ ਐਸਡੀਐਮ ਨੇ ਰੱਦ ਕਰ ਦਿੱਤੇ ਹੈਗੇ ਨੇ ਮਤਲਬ ਇਹਨੂੰ ਆਧਾਰ ਬਣਾ ਕੇ ਲਾਜ਼ਮੀ ਤੌਰ ਤੇ ਪੰਜਾਬ ਦੇ ਵਿੱਚ ਮੁੱਲਤਵੀ ਹੋਣ ਦੇ ਜਿਹੜੇ ਨੇ ਉਹ ਜ਼ਿਆਦਾ ਸੁਭਾਅ ਬਣਾਵਾਂ ਨੇ ਜੀ ਜਿੱਥੇ ਪੰਚਾਇਤੀ ਚੋਣਾਂ ਦਾ ਦੇਖਦੇ ਆ ਕਿ ਕਦੋਂ ਮਸਲੇ ਹੱਲ ਹੁੰਦੇ ਪਟੀਸ਼ਨਾਂ ਪੈ ਰੀਆਂ ਪੰਚਾਇਤੀ ਚੋਣਾਂ ਦੇ ਦੌਰਾਨ ਹੀ ਸ਼੍ਰੋਮਣੀ ਕਾਲੀ ਦਲ ਦੇ ਅੰਦਰ ਇੱਕ ਸਿਆਸਤ ਭੱਗ ਗਈ ਆ ਸੁਖਬੀਰ ਸਿੰਘ ਬਾਦਲ ਕਾਫੀ ਸਮਾਂ ਤਾਂ ਚੁੱਪ ਰਹੇ ਠੰਡੇ ਰਹੇ ਪਰ ਪੰਚਾਇਤੀ ਚੋਣਾਂ 'ਚ ਹੁੰਦੇ ਧੱਕੇ ਨੂੰ ਦੇਖ ਕੇ ਇੱਕ ਤੇ ਉਹਨਾਂ ਨੇ ਆਪ ਦੇ ਇਲਾਕੇ 'ਚ ਗਿੱਦੜ ਵਹਾ ਵਾਲੇ ਪਾਸੇ ਕੋਈ ਕੋਈ ਜਿਮਣੀ ਚੋਣ ਵੀ ਐ ਸਰਗਰਮੀ ਦਿਖਾ ਦਿੱਤੀ ਫਿਰ ਜਿਹੜਾ ਉਹਨਾਂ ਦੇ ਦੋ ਮਾਨ ਪਰਿਵਾਰ ਦੇ ਲੋਕਾਂ ਦੇ ਉੱਤੇ ਪਰਚਾ ਹੋਇਆ ਨੂਨੀ ਮਾਨ ਬੋਬੀ ਮਾਨ ਉਹਨਾਂ ਦੇ ਘਰ ਵੀ ਚਲੇ ਜਾਂਦੇ ਆਂ ਨਾਲ ਚੇਤਾਵਨੀ ਦਿੰਦੇ ਅਫਸਰਾਂ ਨੂੰ ਕਿ ਤੁਸੀਂ ਠੀਕ ਨਹੀਂ ਕਰ ਰਹੇ ਉਹਨਾਂ ਦੀਆਂ ਜਿਹੜੀਆਂ ਸਰਗਰਮੀਆਂ ਹੋ ਰਹੀਆਂ ਇੱਕ ਪਾਸੇ ਸਰਗਰਮੀਆਂ ਤੇ ਸਵਾਲ ਉੱਠਿਆ ਸਵਾਲ ਖੜੇ ਕੀਤੇ ਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਕਹਿੰਦੇ ਕਿ ਇਹਨਾਂ ਦਾ ਹੱਕ ਨਹੀਂ ਬਣਦਾ ਇਹ ਤਾਂ ਤਨਖਾਹ ਹੀ ਆਕਰਾਰ ਦਿੱਤੇ ਹੋਏ ਨੇ ਇਹ ਜਾਣ ਨਹੀਂ ਸਕਦੇ ਅਸਲ ਦੇ ਵਿੱਚ ਨਿਯਮ ਤੇ ਸਿਧਾਂਤ ਕਹਿੰਦਾ ਕੀ ਹੈ ਕਿ ਸਭ ਤੋਂ ਵੱਡੀ ਗੱਲ ਕਿ ਜਿਹੜੀ ਰਹਿਤ ਮਰਿਆਦਾ ਨੇ ਰਹਿਤ ਮਰਿਆਦਾ ਦੇ ਮੁਤਾਬਕ ਤੇ ਸ੍ਰੀ ਬੀ ਸਿੰਘ ਬਾਦਲ ਹੋਣਾ ਨੂੰ ਕਾਲ ਤਖਤ ਨੂੰ ਚੈਲੰਜ ਨਹੀਂ ਕਰਨਾ ਚਾ ਜੇ ਤੁਸੀਂ 1 ਮਹੀਨਾ ਆਪਣਾ 40 ਸਾ ਘਟ ਲਿਆ 1 ਮਹੀਨਾ ਕਰ ਰਹੇ ਹੋ ਤੇ 1 ਮਹੀਨਾ ਹੋਰ ਕਰ ਰਹੇ ਸਕਦੇ ਸੀ ਪਰ ਨਹੀਂ ਕਿਉਂਕਿ ਵਜ੍ਹਾ ਇਸ ਕਰਕੇ ਨਹੀਂ ਕਿ ਨੋਨੀ ਮਾਨ ਦਾ ਹਿਰਖ ਹੀਰਵਾ ਜਾਗ ਗਿਆ ਜਾਂ ਲੋਕਾਂ ਦੀ ਧੱਕੇਸ਼ਾਈ ਦਾ ਹੀਰਵਾ ਜਾਗ ਗਿਆ ਉਹ ਨਹੀਂ ਅਸਲ ਦੇ ਵਿੱਚ ਅਸਲ ਦੇ ਵਿੱਚ ਵਜ੍ਹਾ ਹੈਗੀ ਹੈ ਜਿਹੜੀ 28 ਤਰੀਕ ਨੂੰ ਸ਼੍ਰੋਮਣੀ ਗੁਰੂ ਦਾ ਪ੍ਰਬੰਧਕ ਕਮੇਟੀ ਦੀ ਮੁਰ ਤੋਂ ਸਲਾਨਾ ਚੋਣ ਹੋਣੀਆਂ ਉਹ ਜ਼ਿਆਦਾ ਹਿਰਖਾ ਕਿ ਜੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਜੇ ਉੱਥੇ ਕੁਝ ਉਥਲ-ਪੁਥਲ ਹੋ ਗਿਆ ਤੇ ਕਾਲੀਦਲ ਦੀ ਜ਼ਮੀਨ ਖਿਸਕ ਜਾਊਗੀ ਪਹਿਲਾਂ ਕੀ ਕਰਦੇ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜੋ ਸਾਲਾਨਾ ਚੋਣ ਹੁੰਦੀ ਹੈ ਉਸ ਤੋਂ 15-20 ਦਿਨ ਪਹਿਲਾਂ ਸੁਬੀਤ ਸਿੰਘ ਬਾਦਲ ਹੋਣੀ ਅ ਜਿਲ੍ਹਾ ਵਾਈਜ਼ ਸ਼ਰਮਣੀ ਗੁਰਦਾ ਪਰਬੰਧਕ ਕਮੇਟੀਆਂ ਦੇ ਮੈਂਬਰਾਂ ਦੇ ਨਾਲ 1 ਟੂ 1 ਕਰਦੇ ਸੀ ਸ਼ਰਮਣੀ ਕਾਲੀਦਾ ਦੇ ਦਫਤਰ ਬੈਠ ਕੇ ਜਾਂ ਲੰਬੀ ਬੈਠ ਕੇ ਜਾਂ ਆਪਣੇ ਚੰਡੀਗੜ੍ਹ ਦੇ ਸੈਕਟਰ 9 ਦੇ ਵਿੱਚ ਉਹਨਾਂ ਦਾ ਜਿਹੜਾ ਘਰ ਉੱਥੇ ਬੈਠ ਕੇ 1 ਟੂ 1 ਕਰਕੇ ਇੱਕ ਫੀਡਬੈਕ ਲੈ ਲੈਂਦੇ ਸੀ ਹੁਣ ਕਿਉਂਕਿ ਤਨਖਾਹਿਆ ਇਕਰਾਰ ਦਿੱਤੇ ਗਏ ਕਿਸੇ ਦੇ ਮੂੰਹ ਮੱਥੇ ਲੱਗ ਨਹੀਂ ਸਕਦੇ ਸੀ ਲੇਕਿਨ ਇਹਨਾਂ ਨੇ ਚੈਲੰਜ ਕਰਦਾ ਕਿ ਜਿੱਥੇ ਪਹਿਲਾਂ ਸਜ਼ਾ ਮਿਲਣੀ ਇੱਕ ਹੋਰ ਵੱਧ ਸਜ਼ਾ ਮਿਲ ਜੂਗੀ ਜੇ ਸ਼ਰੂਮ ਨਹੀਂ ਕਾਲੀਦਲ ਜਿਹੜੀ ਇੱਕ ਧਾਰਮਿਕ ਜਥੇਬੰਦੀ ਹੈ ਜੇ ਉਹ ਰਹਿਤ ਮਰਿਆਦਾ ਜੇ ਅਕਾਲ ਤਖਬ ਸਾਹਿਬ ਦੇ ਦਿੱਤੇ ਹੁਕਮਾਂ ਦੀਆਂ ਧੱਜੀਆਂ ੜਾਊਗਾ ਤੇ ਫਿਰ ਦੂਜੇ ਤੋਂ ਕੀ ਹੁਕਮ ਰੱਖ ਸਕਦੇ ਇੱਕ ਤੇ ਰਹਿਤ ਮਰਿਆਦਾ ਫਿਕਸ ਹੈਗੀ ਇੱਕ ਜ਼ਿੰਮੇਵਾਰੀ ਵੀ ਹੁੰਦੀ ਕਾਨੂੰਨ ਤੋਂ ਵੱਡੀ ਵੀ ਜ਼ਿੰਮੇਵਾਰੀ ਹੁੰਦੀ ਹੈ ਜਿਹੜੀ ਖੁਦ ਦੀ ਨੈਤਿਕਤਾ ਹੁੰਦੀ ਆ ਉਹ ਨੈਤਿਕਤਾ ਸੋਬੀ ਸਿੰਘ ਬਾਦਲ ਉਹਨਾਂ ਨੂੰ ਮਜਬੂਰ ਕਰ ਗਈ ਹੈਗੀ ਆ ਕਿ ਸਿਰ ਤੇ ਸ਼ਰੂਮਨੀ ਗੁਰਦਾ ਪਰਬੰਧ ਕਮੇਟੀ ਦੇ ਚੋਣ ਹੋ ਗਏ ਜੇ ਤੁਸੀਂ ਇੱਕ ਵੀ ਨਾ ਪਹਿਲਾਂ ਰਹਿ ਸਕਦੇ ਸੀ ਅਕਾਲ ਤਖਬ ਸਾਹਿਬ ਦਾ ਹੁਕਮ ਮੰਨ ਸਕਦੇ ਤੇ ਫਿਰ ਤੁਹਾਨੂੰ ਬਾਰ ਨਿਕਲਦੀ ਕੀ ਲੋੜ ਹੈ ਤੁਸੀਂ ਇੱਕ ਮਹੀਨਾ ਹੋਰ ਘੱਟ ਸਕਦੇ ਸੀ ਤੇ ਜੇ ਵਾਕਏ ਤੁਸੀਂ ਤੁਹਾਨੂੰ ਪਤਾ ਸੀ ਕਿ ਮੈਨੂੰ ਸਜ਼ਾ ਲਗਣੀ ਮੈਂ ਦੋਸ਼ੀ ਠਾਇਆ ਜਾਣਾ ਹੈਗਾ ਤੇ ਫਿਰ ਕਾਰਜਕਾਰੀ ਪ੍ਰਧਾਨ ਲਗਾਉਣ ਦੀ ਕੀ ਜ਼ਰੂਰਤ ਪੈਗੀ ਜੇ ਅੱਜ ਵੀ ਤੁਸੀਂ ਆਪਣੀ ਚਲਾਉਣੀ ਹੈਗੀ ਆ ਤੇ ਫਿਰ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਸਾਹਿਬ ਨੂੰ ਲਾਉਣ ਦੀ ਕੀ ਜ਼ਰੂਰਤ ਪੈਗੀ ਕਿ ਜਦ ਤੱਕ ਤੁਹਾਨੂੰ ਸਜ਼ਾ ਨਹੀਂ ਦਿੱਤੀ ਗਈ ਤੇ ਕੀ ਜਿਹੜੇ ਸ਼ਰੋਮਨੀ ਗੁਰਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਉਹਨਾਂ ਨੂੰ 1 ਟੂ 1 ਭੁੰਦਰ ਸਾਹਿਬ ਨਹੀਂ ਕਰ ਸਕਦੇ ਹੈਗੇ ਉਹ ਬੁਲਾ ਕੇ ਫੀਡਬੈਕ ਨਹੀਂ ਲੈ ਸਕਦੇ ਤੁਸੀਂ ਟੈਲੀਫੋਨ ਤੇ ਵੀ ਗੱਲ ਕਰ ਹੀ ਸਕਦੇ ਸੀ ਜੇ ਤੁਸੀਂ ਵਾਕੇ ਫੀਡਬੈਕ ਲੈਣੀ ਹੈ ਤੇ ਆਪਣੇ ਜਿਹੜੇ ਸ਼ਰਮਣੀ ਗੁਰ ਦੇ ਅਕਾਲੀ ਦਲ ਦੇ ਮੈਂਬਰ ਨੇ ਸ਼ਰਮਣੀ ਗੁਰ ਦਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਫੋਨ ਤੇ ਵੀ ਗੱਲ ਕਰ ਸਕਦੇ ਵਰਸੇ ਤੇ ਬੰਨਦੀ ਉੱਥੇ ਵੀ ਨਹੀਂ ਹੈਗੀ ਪਰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਸੁਖਵੀਰ ਸਿੰਘ ਬਾਦਲ ਪੱਖੀ ਲੀਡਰ ਨੇ ਉਸ ਵਿੱਚ ਵਿਰਸਾ ਸਿੰਘ ਮਲਟੋਹਾ ਨੇ ਜਾਂ ਅਰਸ਼ਦੀਪ ਸਿੰਘ ਕਲੇਰ ਨੇ ਉਹਨਾਂ ਦੇ ਬਿਆਨ ਮੀਡੀਆ ਚੈਨਲਿੰਗ ਜਿਹੜੇ ਸਵਾਲ ਚੁੱਕ ਰਹੇ ਆ ਨਾ ਸ਼੍ਰੋਮਣੀ ਕਾਲੀ ਦਲ ਸੁਧਾਰ ਲਹਿਰ ਦੇ ਆਗੂ ਉਹਨਾਂ ਨੂੰ ਸ਼ਾਇਦ ਇਹ ਭੁੱਲ ਗਿਆ ਕਿ ਸੁਖਵੀਰ ਸਿੰਘ ਬਾਦਲ ਜਦੋਂ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਉੱਥੇ ਸਪਸ਼ਟੀ ਕਰਨ ਦੇ ਲਈ ਅਸੀਂ ਸਾਰੇ ਵੀ ਜਾ ਚੁੱਕੇ ਹਾਂ ਜਿਨ੍ਹਾਂ ਨੇ ਜਿਨ੍ਹਾਂ ਨੂੰ ਬੁਲਾਇਆ ਗਿਆ ਸੁਖਵੀਰ ਸਿੰਘ ਬਾਦਲ ਤਾਂ ਕਹਿ ਹੀ ਆਏ ਨੇ ਲਿਖਤੀ ਰੂਪ ਚ ਦੇ ਆਏ ਕਿ ਮੈਨੂੰ ਨਿਮਾਣੇ ਸਿੱਖ ਵਜੋਂ ਸਭ ਕੁਝ ਮਨਜ਼ੂਰ ਆ ਜੋ ਲਾਓਗੇ ਸਰਗਰਮੀਆਂ 'ਚ ਹਿੱਸਾ ਲੈ ਸਕਦੇ ਆ ਇਹ ਹੁਕਮਨਾਮੇ 'ਚ ਕਿਤੇ ਵੀ ਨਹੀਂ ਲਿਖਿਆ ਗਿਆ ਇਹ ਰਹਿਤ ਮਰਿਆਦਾ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਜੋ ਸ਼ਰੂਮ ਨਿਕਾਲੀ ਦਲ ਦੇ ਲੀਡਰ ਕਹਿਰ ਨੇ ਇੱਕ ਲੀਡਰ ਦੀ ਦੋ ਸਟੇਟਮੈਂਟ ਆ ਗਈਆਂ ਇੱਕ ਕਹਿੰਦੇ ਸੀ ਕਿ ਜੇ ਸੁਬੀਸ਼ ਸਿੰਘ ਬਾਦਲ ਨੂੰ ਤਨਖਾਹਿਆ ਵੀ ਕਰਾ ਦਿੱਤਾ ਮੈਂ ਉਹਨਾਂ ਚਿਰ ਮੱਥੇ ਨਹੀਂ ਲੱਗੂੰਗਾ ਜਿੰਨਾ ਚਿਰ ਉਹ ਸਜ਼ਾ ਨਹੀਂ ਭੁਗਤਦੇ ਜੀ ਹੁਣ ਉਹਨਾਂ ਦੀ ਦੂਜੀ ਵੀਡੀਓ ਆ ਗਈ ਉਹ ਸਾਰਿਆਂ ਨੂੰ ਦਲੀਲਾਂ ਜਾਂ ਤਰਕ ਦੇ ਰਿਹਾਗੇ ਨੇ ਤੁਸੀਂ ਅਕਾਲ ਤੱਕ ਸਾਨੂੰ ਆਪਣੇ ਹਿਸਾਬ ਦੇ ਨਾਲ ਇੱਕ ਤਰੋੜ ਮੋੜ ਜਿਹੜੇ ਹੁਕਮਨਾਮੇ ਨਹੀਂ ਪੇਸ਼ ਕਰ ਸਕਦੇ ਆਪਣੀਆਂ ਜਿਹੜੀਆਂ ਉਹ ਰਹਿਤ ਮਰਿਆਦੇ ਦੀਆਂ ਹੁਕਮਨਾਮੇ ਦੀਆਂ ਜਿਹੜੀਆਂ ਧਰਾਵਣਾਵਾਂ ਨੇ ਤੁਸੀਂ ਉਹਨੂੰ ਆਪਣੇ ਹਿਸਾਬ ਦੇ ਨਾਲ ਪੇਸ਼ ਨਹੀਂ ਕਰ ਸਕਦੇ ਕਿ ਜਿੱਥੇ ਤੁਹਾਨੂੰ ਸੂਟ ਕਰਦਾ ਤੁਸੀਂ ਇਦਾਂ ਕਹਿ ਦੋ ਤੇ ਜੇ ਨਹੀਂ ਸੂਟ ਕਰਦਾ ਤੇ ਇਦਾਂ ਕਹਿ ਦੋ ਕਾਲੀ ਦਲ ਦੀ ਇੱਕ ਸਭ ਤੋਂ ਵੱਡੀ ਹੈ ਕਿ ਇਹਨਾਂ ਤੇ ਜ਼ਿਆਦਾ ਜਾਪਤਾ ਹੈਗਾ ਅਕਾਲ ਤਖ਼ਤ ਸਾਹਿਬ ਦਾ ਇਹਨਾਂ ਨੂੰ ਜ਼ਿਆਦਾ ਖਿਆਲ ਰੱਖਣਾ ਚਾਹੀਦਾ ਹੈਗਾ ਸਿਰਫ ਸਿਰਫ ਇਹਨਾਂ ਨੂੰ ਇਸ ਕਰਕੇ ਡਰ ਹੈਗਾ ਕਿ ਸ਼ੁਰੂ ਹੋ ਨਹੀਂ ਗੁਦਾ ਪ੍ਰਬੰਧਕੀ ਮੀਟਿੰਗ ਕਿਤੇ ਉੱਤੇ ਹੁਣ ਬੀਬੀ ਜ਼ਗੀਰ ਕੌਰ ਹੋਣੀ ਬਾਜੀ ਨਾ ਮਾਰ ਜਣ ਕਿਤੇ ਇਹ ਹੁਣ ਇਹਨਾਂ ਨੇ 1 ਟੂ 1 ਕਰਨੇ ਸ਼ੁਰੂ ਕਰ ਦਿੰਨੇ ਹੈਗੇ ਕਿਉਂਕਿ 28 ਤਰੀਕ ਨੂੰ ਦਿਨ ਪਏ ਇਹਨਾਂ ਨੇ ਇਸ ਕਰਕੇ ਹੁਕਮਨਾਮਾ ਨੂੰ ਸਾਈਡ ਤੇ ਰੱਖਦੇ ਹੋਏ ਜਿਹੜੀ ਇਹਨਾਂ ਨੂੰ ਸਜ਼ਾ ਦੇਣੀ ਆ ਦੋਸ਼ੀ ਤੇ ਹੈ ਹੀ ਹੈ ਹੁਣ ਤੇ ਕੁਆਂਟਮ ਆਫ ਪਿਨਿਸ਼ਮੈਂਟ ਨਾ ਵੀ ਤੁਹਾਨੂੰ ਸਜ਼ਾ ਕਿਹੜੀ ਦੇਣੀ ਹੈਗੀ ਹੈ ਹਨਾ ਅਦਾਲਤਾਂ ਦੇ ਵਿੱਚ ਵੀ ਹੈ ਕਿ ਸਜ਼ਾ ਦੋਸ਼ੀ ਪਾਇਆ ਫਲਾਣਾ ਫਲਾਣਾ ਮੁਜਰਮ ਹੈ ਦੋਸ਼ੀ ਪਾਇਆ ਜਾਂਦਾ ਪਰ ਉਹਨੂੰ ਸਜ਼ਾ ਠਹਿਰ ਕੇ ਦਿੱਤੀ ਇੱਕ ਦੋ ਜਾਂ ਤਿੰਨ ਦਿਨ ਬਾਅਦ ਸਜ਼ਾ ਦਿੱਤੀ ਜਾਂਦੀ ਕਿ 5 ਸਾਲ ਦੀ ਜਣੀ 10 ਸਾਲ ਦੀ ਦੇਣੀ ਉਮਰ ਕੈਦ ਦੇਣੀ ਜਾਂ ਫਾਂਸੀ ਦੀ ਦੇਣੀ ਹੈ ਇਧਰ ਵੀ ਸੁਬੀਸ਼ਿੰਗ ਬਾਦਲ ਹੋਣੀ ਦੋਸ਼ੀ ਸਾਬਤ ਹੋ ਚੁੱਕੇ ਨੇ ਸਜ਼ਾ ਜਥੇਦਾਰਾਂ ਸੁਬਾਨ ਸਿੰਘ ਸੁਬਾਮਲੂ ਦੇਣੀ ਕਿ ਇਹਨਾਂ ਨੂੰ ਕਿਹੜੀ ਸਜ਼ਾ ਦੇਣੀ ਹੈਗੀ ਹੈ ਕੀ ਜੋੜੇ ਛਾੜਨ ਦੀ ਦੇਣੀਆਂ ਭਾਂਡੇ ਮੰਜਨ ਦੇ ਦੇਣੀਆਂ ਬਰਤਨਾਂ ਦੇਣੀਆਂ ਹੈਗੀਆਂ ਜਾਂ ਇਹਨਾਂ ਨੂੰ ਕੋਈ ਸਿਆਸੀ ਸਜ਼ਾ ਦੇਣੀ ਹੈਗੀਆਂ ਗੱਲ ਤੇ ਉਸ ਤੇ ਨਿਰਭਰ ਕਰਦੀ ਪਰ ਅਸਲ ਦੇ ਵਿੱਚ ਮਸਲਾ ਇਹ ਆ ਪੰਚਾਇਤੀ ਚੋਣਾ ਸਰ ਇਹਨਾਂ ਵਾਸਤੇ ਕੋਈ ਵੱਡਾ ਚੈਲੰਜ ਨਹੀਂ ਹੈਗਾ ਚੁਣੌਤੀ ਨਹੀਂ ਆ ਅਜ ਅੰਕੜੇ ਆਏ ਨੇ ਇੰਟੈਲੀਜੈਂਸ ਦੇ ਪੰਜਾਬੀ ਡਰਬੀਉਂ ਦੇ ਵਿੱਚ ਛਪੇ ਨੇ ਕਿ 55.52% ਜਿਹੜੇ ਫਾਰਮ ਨੇ ਉਹ ਆਮ ਆਦੀ ਪਾਰਟੀ ਦੇ ਵੱਲੋਂ ਲੋਕਾਂ ਨੇ ਭਰੇ ਹੱਗਨੇ 16% ਭਰੇ ਹੱਗਨੇ ਨੰਬਰ 2 ਤੇ ਕਾਂਗਰਸ ਵੱਲੋਂ ਤੇ ਕਾਲੀ ਦਲ ਵੱਲੋਂ ਨੰਬਰ 3 ਤੇ ਭਰੇਗੇ ਨੇ ਉਹ ਵੀ ਸਵਾਲੀਆਂ ਇਹ ਵੀ ਸਵਾਲ ਨਹੀਂ ਹੈ ਕਾਨੂੰਨੀ ਮਾਮਲੇ ਤੇ ਪਰਚਾ ਦਰਜ ਹੋ ਗਿਆ ਤੇ ਕਾਲੀ ਦਲ ਸਾਰਾ ਹੀ ਡਰ ਗਿਆਗਾ ਇਹ ਵੀ ਸਵਾਲ ਨਹੀਂ ਹੈ ਇਹ ਵੀ ਸਵਾਲ ਨਹੀਂ ਹੈ ਕਿ ਆਉਣ ਵਾਲੀਆਂ ਜਿਹੜੀਆਂ ਚਾਰ ਵਿਧਾਨ ਸਭਾ ਜਮਨੀ ਚੋਣਾਂ ਹੋਣੀਆਂ ਉਹ ਵੀ ਸਵਾਲ ਨਹੀਂ ਹੈਗਾ ਸਿਰਫ ਤੇ ਸਿਰਫ ਸਵਾਲ ਇਹ ਆ ਕਿ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਨਾਲ ਖੁੱਸ ਜਾਵੇ ਇਸ ਕਰਕੇ ਇਹਨਾਂ ਨੇ ਬਾਹਰ ਨਿਕਲਣਾ ਸ਼ੁਰੂ ਕਰ ਦਿੱਤਾ ਹੈਗਾ ਕਿ ਅੱਗੇ ਵੀ ਤੇ ਤੁਸੀਂ ਜਦੋਂ ਬਾਹਰ ਸੀ ਤੁਸੀਂ 17 ਵੀ ਹਾਰੇ 19 ਵੀ ਹਾਰੇ 22 ਵੀ ਹਾਰੇ 24 ਵੀ ਹਾਰੇ ਤੇ ਜੇ ਤੁਸੀਂ ਅੰਦਰ ਰਹੋ ਲੋਗੇ ਇੱਕ ਮਹੀਨਾ ਹੋਰ ਜਥੇਦਾਰਾਂ ਦਾ ਫੈਸਲਾ ਨਹੀਂ ਸੁਣਾਉਂਦੇ ਹੈਗੇ ਤੇ ਫਿਰ ਕੀ ਹੋ ਗਿਆ ਚਾਰ ਜਿਮਨੀ ਚੋਣਾ ਹੋਰ ਹਾਰ ਜਾਣਗੇ ਤੇ ਫਿਰ ਕੀ ਹੋ ਜੂਗਾ ਤੁਹਾਡੇ ਵਾਸਤੇ ਤੇ ਰਹਿਤ ਮਰਿਆਦ ਉੱਪਰ ਹੈ ਪੰਥ ਤੁਹਾਡੇ ਵਾਸਤੇ ਉੱਪਰ ਹੈ ਅਕਾਲ ਤਖਤ ਸਭ ਤੁਹਾਡੇ ਵਾਸਤੇ ਉੱਪਰ ਹੈਗਾ ਪਰ ਇਹ ਨਹੀਂ ਨਾ ਕਿ ਤੁਸੀਂ ਆਪਣੇ ਹਿਸਾਬ ਨਾਲ ਪੇਸ਼ ਹੋ ਹੁਣ ਹੁਣ ਸਭ ਤੋਂ ਵੱਡਾ ਕਿ ਪੰਗੇ ਤੇ ਕਾਲੀ ਦਲ ਦੇ ਲੀਡਰਾਂ ਨੇ ਪਾਇਉ ਨੇ ਉਹਦੇ ਚ ਸਾਰੇ ਨੇ ਸੁਧਾਰ ਲੈ ਰਹੇ ਆਲੇ ਵੀ ਤੇ ਵੀ ਹੈਗੇ ਨੇ ਕਿਉਂਕਿ ਉਥੇ ਲਿਸਟ ਹੀ ਏਡੀ ਲੰਮੀ ਪਾ ਦਿੱਤੀ ਹੈਗੀ ਉਥੇ ਦੋਸ਼ੀ ਏਡੇ ਵੱਡੇ ਹੋ ਗਏ ਕਾਲ ਤੱਕ ਸਾਹ ਦੇ ਸਿੰਘ ਸਬੰਨ ਨੂੰ ਵੀ ਤੇ ਟਾਈਮ ਚਾਹੀਦਾ ਹੈਗਾ ਨਾ ਇਹ ਤੇ ਨਹੀਂ ਕਿ ਸੁਭੀ ਸਿੰਘ ਬਾਦਲ ਕੱਲਾ ਦੋਸ਼ੀ ਆ ਇਹਨਾਂ ਨੇ ਦੋਸ਼ੀਆਂ ਦੀ ਲਿਸਟ ਇੰਨੀ ਲੰਮੀ ਬਣਾ ਦਿੱਤੀ 22 ਦੋਸ਼ੀ ਬਣ ਗਏ 17 ਤੇ ਕੈਬਨ ਮંત્રી ਕਾਲੀ ਜਿਹੜ ਡਿੜ ਰਹਿ ਚੁੱਕਿਆ ਗਏ ਨੇ ਠੀਕ ਹੈ ਬਾਕੀ ਹੋਰ ਲੀਡਰ ਹੋ ਗਏ ਨੇ ਹੁਣ ਪਿਛਲੇ ਪਹਿਲਾ ਉਹ ਸਰਜੀਤ ਸਿੰਘ ਰਖੜਾ ਪਹਿਲਾਂ ਉਹਨਾਂ ਨੇ ਮੇਲ ਕਰ ਦਿੱਤੀ ਹੈਗੀ ਸਪਸ਼ਟਿਕਨ ਫਿਰ ਉਹਨੇ ਕਹਿੰਨੀ ਤੂੰ ਨਿੱਜੀ ਤੌਰ ਤੇ ਪੇਸ਼ ਕੱਲ ਉਹ ਸਪਸ਼ਟੀਕਰਨ ਆਪਣਾ ਦੇ ਕੇਗੇ ਨੇ ਜਥੇਦਾਰ ਸਿੰਘ ਸਭਾ ਜਦੋਂ ਬੈਠਣਗੇ ਤਾਂ ਹੀ ਉਹ ਫੈਸਲਾ ਲੈਣਗੇ ਨਾ ਕਿ ਜਦ ਸਾਰਿਆਂ ਦੇ ਸਪਸ਼ਟੀਕਰਨ ਆ ਗਏ ਹਲੇ ਤੱਕ ਸਾਰਿਆਂ ਦੇ ਸਪਸ਼ਟੀਕਰਨ ਪਹੁੰਚੇ ਹੀ ਨਹੀਂ ਆ ਨਿੱਜੀ ਤੌਰ ਤੇ ਤੇ ਫਿਰ ਉਹ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਦੋਸ਼ੀ ਕੋ ਸਜ਼ਾ ਲਾ ਦੇਣ ਇਕੱਠਿਆਂ ਨੂੰ ਲਾਉਣਗੇ ਸਜ਼ਾ ਔਰ ਸਪੰਜੇ ਸਿੰਘ ਸਭਾ ਜਦੋਂ ਬੈਠਣਗੇ ਉਹਨਾਂ ਨੇ ਤਾਂ ਇਹ ਵੀ ਫੈਸਲਾ ਕਰਨਾ ਨਾ ਕਿ ਕਿੰਨੂੰ ਕਿੰਨੀ ਸਜ਼ਾ ਲਾਉਣੀ ਹੈਗੀ ਆ ਇੱਕ ਹੋਰ ਅਸੇ ਸਾਰਿਆਂ ਨੂੰ ਤਾਂ ਬੰਨਿਆ ਨਹੀਂ ਜਾ ਸਕਦਾ ਇਹ ਤਾਂ ਨਹੀਂ ਹੋ ਸਕਦਾ ਜੋ ਸੁਬੀਰ ਸਿੰਘ ਬਾਦਲ ਨੂੰ ਸਜ਼ਾ ਦੇਤੀ ਉਹ ਬਾਕੀ 16 ਜਾਨਿਆਂ ਨੂੰ ਦੇਤੀ ਜਾਵੇ ਸਜ਼ਾ ਜਾਂ 16 ਜਾਨਿਆਂ ਨੂੰ ਦੇਤੀ ਸੁਬੀਰ ਨੂੰ ਵੱਧ ਦੇਤੀ ਜਾਂ ਘੱਟ ਦੇਤੀ ਹੁਣ ਤਾਂ ਸਾਰਿਆਂ ਦਾ ਸਪਸ਼ਟੀਕਰਨ ਨੂੰ ਧਿਆਨ ਵਿੱਚ ਰੱਖਦੇ ਹੋਈ ਉਸ ਤਖਤ ਤੋਂ ਫੈਸਲਾ ਸੁਣਾਇਆ ਜਾਊਗਾ ਇਹ ਤਾਂ ਨਹੀਂ ਕਿ ਅੱਖਾਂ ਬੰਦ ਕਰਕੇ ਫੈਸਲਾ ਸੁਣਾਇਆ ਜਾਊਗਾ ਕਿ ਕਿਸੇ ਨਾਲ ਧੱਕਾ ਹੋ ਜਾਏ ਔਰ ਇੱਕ ਹੋਰ ਸਭ ਤੋਂ ਵੱਡੀ ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲੀ ਦਫਾ ਹੋ ਰਿਹਾ ਕਿ ਸ਼੍ਰੋਮਣੀ ਕਾਲੀ ਦਲ ਖਾਸ ਕਰਕੇ ਬਾਦਲਾਂ ਜੋ ਕਿਸੇ ਨੂੰ ਸਜ਼ਾ ਲਗਣੀ ਹੈਗੀ ਹੈ ਤੇ ਹੁਣ ਕਿਉਂਕਿ ਜਿਹੜੇ ਸਿੰਘ ਸਬਾਨ ਉਹਨਾਂ ਦੀ ਨਿਯੁਕਤੀ ਕੌਣ ਕਰਦਾ ਸ਼੍ਰੋਮਣੀ ਗੁਰਦਆ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਗੁਰਦਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਨਿਯੁਕਤੀ ਕੌਣ ਕਰਦਾ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਆਪਣੇ ਬੌਸ ਦੇ ਬੌਸ ਨੂੰ ਸਜ਼ਾ ਦੇਣੀ ਇਹ ਵੀ ਇੱਕ ਬਹੁਤ ਵੱਡਾ ਚੈਲੰਜ ਹੈਗਾ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੁਣ ਉਹ ਵੀ ਇੱਕ ਮੰਨ ਦੇ ਵਿੱਚ ਧਿਆਨ ਹੈਗਾ ਉਨਾ ਜੱਜਦਾਰਾਂ ਨੇ ਤੇ ਬੜੀ ਸੋਚ ਸਮਝ ਕੇ ਫੈਸਲਾ ਲੈਣਾ ਹੈਗਾ ਨਾ ਕਿ ਇਸੇ ਸਜ਼ਾ ਦਈਏ ਕਿੰਨੀ ਦਈਏ ਕਿ ਜਾਂ ਬਰੀ ਕਰੀਏ ਜਿਹੜਾ ਕਾਲ ਤੱਕ ਸਾਬ ਸਕੱਤਰੇਤ ਜਦ ਸਬੀਰ ਸਿੰਘ ਬਾਦਲ ਹੁਣਾਂ ਨੂੰ ਦੋਸ਼ੀ ਠਰਾਇਆ ਗਿਆ ਉਹਦੇ ਚ ਜਦ ਨਾਮ ਨਹੀਂ ਲਿਖਦਾ ਉਹ ਸ਼ਰਮੀ ਕਾਲੀਦਲ ਦੇ ਪ੍ਰਧਾਨ ਦਾ ਤੇ ਫਿਰ ਉਸ ਤੋਂ ਇਹ ਤਵਕਕੋ ਨਹੀਂ ਰੱਖੀ ਜਾ ਸਕਦੀ ਕਿ ਸਬੀਰ ਸਿੰਘ ਬਾਦਲ ਨੂੰ ਸਖਤ ਤੋਂ ਸਖਤ ਸਜ਼ਾ ਮਿਲੂਗੀ ਹੁਣ ਕਾਲੀ ਸੁਧਾਰ ਲੈਣ ਵਾਲੇ ਕੀ ਬੋਲਦੇ ਨੇ ਜਾਂ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਕੀ ਬੋਲਦੇ ਨੇ ਜਾਂ ਵਿਰਸਾ ਸਿੰਘ ਵਲਟੋਆ ਸਾਹਿਬ ਕੀ ਬੋਲਦੇ ਨੇ ਜਾਂ ਮੀਡੀਆ ਦੇ ਵਿੱਚ ਕੀ ਕੁਝ ਛਪਿਆ ਜਾ ਰਿਹਾ ਜਾਂ ਆਪਾਂ ਕੀ ਬੋਲਦੇ ਅਸੀਂ ਤਾਂ ਨਹੀਂ ਮੈਟਰ ਕਰਦੇ ਨਾ ਸਾਰੇ ਜਣੇ ਅਗੇ ਹੂੰ ਅਕਾਲ ਤਖਤ ਸਾਹਿਬ ਬਹੁਤ ਮੈਟਰ ਕਰਦਾ ਹੈਗਾ ਉਹਨਾਂ ਨੇ ਆਪਣਾ ਫੈਸਲਾ ਸੁਣਾਉਣਾ ਨਾ ਤੇ ਵਿਰਸਾ ਸਿੰਘ ਵਲਟੋਵਾ ਦੀਆਂ ਉੱਥੇ ਦਲੀਲਾਂ ਸੁਣੀਆਂ ਜਾਣੀਆਂ ਨਾ ਅਰਸ਼ਦੀਪ ਸਿੰਘ ਕਲੇਰ ਸਾਹਿਬ ਦੀਆਂ ਦਲੀਲਾਂ ਸੁਣੀਆਂ ਜਾਣੀਆਂ ਨਾ ਸੁਧਾਰ ਲੈਰ ਵਾਲਿਆਂ ਦੇ ਦਲੀਲਾਂ ਸੁਣੀਆਂ ਜਾਣੀਆਂ ਉੱਥੇ ਦੇ ਰਹਿਣਾ ਕਿ ਰਹਿਤ ਮਰਿਆਦਾ ਕੀ ਕਹਿੰਦੀ ਹੈਗੀ ਕੀ ਸੁਬੀਤ ਸਿੰਘ ਬਾਦਲ ਸਮੇਤ ਸਮੁੱਚੇ ਜਿਹੜੇ ਦੋਸ਼ੀ ਪਾਏ ਗਏ ਨੇ ਉਹਨਾਂ ਨੂੰ ਕਿੰਨੀ ਸਜ਼ਾ ਬੰਦੀ ਹੈਗੀ ਉਹਨਾਂ ਦੇ ਜਿਹੜੇ ਸਪਸ਼ਟੀਕਰਨ ਕੀ ਕਹਿੰਦਾ ਹੈਗਾ ਔਰ ਸਬੀ ਸਿੰਘ ਬਾਦਲ ਹੋਣਾ ਤੇ ਹੱਥ ਅੱਡ ਕੇ ਝੋਲੀ ਅੱਡ ਕੇ ਤੇ ਕਹਿ ਦਿੰਦਾ ਕਿ ਜੋ ਵੀ ਸਾਡੀ ਸਰਕਾਰ ਵੱਲੇ ਜਾਂ ਸਾਡੇ ਵੱਲੇ ਜੋ ਕੁਝ ਲੰਗਣਾਵਾਂ ਹੋਈਆਂ ਨੇ ਉਹਦੇ ਵਾਸਤੇ ਮੈਂ ਦੋਸ਼ੀ ਹਾਂ ਜੀ ਹੁਣ ਉਸ ਦੋਸ਼ੀ ਨੂੰ ਸਜ਼ਾ ਦੇਣੀ ਉਹ ਕਾਲਤਕ ਸਾਹਿਬ ਤੇ ਜਦੋਂ ਮੀਟਿੰਗ ਹੋਗੀ ਪਰ ਉਦੋਂ ਤੱਕ ਉਹ ਦੇ ਨਹੀਂ ਸਕਦੇ ਜਦ ਤੱਕ ਸਾਰੇ ਦੋਸ਼ੀਆਂ ਦੇ ਸਪਸ਼ਟੀਕਰਨ ਨਹੀਂ ਆ ਜਣੇ ਇਹਨਾਂ ਜਾਣ ਕੇ ਲੰਮੀ ਸੂਚੀ ਕਿ ਸੂਚੀ ਕੀਤੀ ਹੈਗੀ ਨਾ ਵੀ ਮੈਂ ਵੀ ਦੋਸ਼ੀ ਮੈਂ ਵੀ ਦੋਸ਼ੀ ਮੈਂ ਵੀ ਦੋਸ਼ੀ ਵੀ ਮੈਂ ਦੋਸ਼ੀਆਂ ਤੂੰ ਵੀ ਦੋਸ਼ੀ ਹੋ ਜਾ ਤੂੰ ਵੀ ਦੋਸ਼ੀ ਆ ਉਹਦਾ ਵੀ ਕਰਤਾ ਹੁਣ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਨੇ ਕੀ ਕੀਤਾ ਹੈਗਾ ਕਿਉਂਕਿ ਪੀੜ ਬਹੁਤ ਹੋਈ ਆ ਜੀ ਉਹ ਸਪੀਡ ਦੇ ਵਿੱਚ ਬੀਬੀ ਜ਼ਗੀਰ ਕੌਰ ਦੇ ਖਿਲਾਫ ਇੱਕ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਜਿਹੜੀ ਅਕਾਲ ਤੱਕ ਸਾਫ ਤੇ ਪਤਾ ਨਹੀਂ ਉਹਨੂੰ ਟੈਕਲ ਕਰਨੀ ਚਾਹੀਦੀ ਕਿਸ ਨਹੀਂ ਕਰਨੀ ਚਾਹੀਦੀ ਹੈਗੀ ਨਾ ਹੂੰ ਉਹ ਉਹ ਬਹੁਤ ਵੱਡੀ ਟਿੱਪਣੀਆਂ ਹੁਣ ਰਹਿਤ ਮਰਿਆਦਾ ਤੇ ਇਹ ਵੀ ਕਹਿੰਦੀ ਹੈਗੀ ਆ ਕਿ ਮੈਂ ਜੇ ਅੰਮ੍ਰਿਤ ਛਕ ਲਿਆ ਮੈਂ ਅੰਮ੍ਰਿਤਧਾਰੀ ਬਣ ਗਿਆ ਗਿਆ ਤੇ ਜੇ ਮੇਰੀ ਜਨਾਨੀ ਨੇ ਅੰਮ੍ਰਿਤ ਨਹੀਂ ਛਕਿਆ ਹੈਗਾ ਤੇ ਮੈਂ ਤਦ ਵੀ ਪਤਿਤ ਆ ਮੈਂ ਤਦ ਵੀ ਮਰਿਆਦਾ ਭੰਗ ਕੀਤੀ ਹੈਗੀ ਆ ਇਹ ਇਹ ਫਿਰ ਤੇ ਉਹਨਾਂ ਲੋਕਾਂ ਦੀਆਂ ਵੀ ਸ਼ਿਕਾਇਤਾਂ ਦਰਜ ਹੋਣੀਆਂ ਚਾਹੀਦੀਆਂ ਜੀ ਜਦ ਤੱਕ ਰਹਿਤ ਮਰਿਆਦਾ ਪੂਰਨ ਰੂਪ ਦੇ ਵਿੱਚ ਕੋਈ ਦੋਨੇ ਮੀਆਂ ਬੀਬੀ ਅੰਮ੍ਰਿਤਧਾਰੀ ਨਹੀਂ ਅੰਮ੍ਰਿਤ ਨਹੀਂ ਛਕਦੇ ਹੈਗੇ ਤਦ ਤੱਕ ਉਹ ਸੰਪੂਰਨ ਨਹੀਂ ਹੈਗਾ ਇਸ ਕਰਕੇ ਉਹ ਬੀਬੀ ਜ਼ਗੀਰ ਕੌਰ ਨੇ ਸਹੀ ਕਿਹਾ ਸੀ ਕਿ ਮੇਰੀ ਜਿਹੜੀ ਸ਼ਿਕਾਇਤ ਆ ਪੁਰਾਣੀ ਸ਼ਿਕਾਇਤ ਆ ਉਹ ਕੱਢੀ ਗਈ ਕਿਉਂਕਿ ਹੁਣ ਸਾਰੇ ਵੀ ਮੈਂ ਵੀ ਦੋਸ਼ੀ ਆ ਮੈਂ ਵੀ ਦੋਸ਼ੀ ਆ ਮੈਂ ਵੀ ਦੋਸ਼ੀ ਤੇ ਕਿਉਂ ਨਾ ਆਪਾਂ ਪੂਰੇ ਹੀ ਲਬੇੜ ਦੀ ਹੈਗੇ ਨੇ ਅ ਜੀ ਸਥਿਤੀ ਦੇ ਵਿੱਚ ਅਦਾਲਤ ਜਿਹੜਾ ਤਖਤਵਾ ਤਖਤ ਦਾ ਕੰਮ ਲੰਮਾ ਹੋ ਗਿਆ ਉਹਨਾਂ ਨੇ ਵਾਈਂਡ ਅਪ ਵੀ ਕਰਨਾ ਹੈਗਾ ਹੁਣ ਵਾਈਂਡ ਅਪ ਕਰਨ ਨੂੰ ਟਾਈਮ ਲੱਗ ਰਿਹਾ ਹੈਗਾ ਇਸ ਕਰਕੇ ਇੱਧਰ 28 ਤਰੀਕ ਵੀ ਹੈਗੀ 28 ਤਰੀਕ ਨੂੰ ਕਿਉਂਕਿ ਨਵਾਂ ਪ੍ਰਧਾਨ ਨਵੀਂ ਅੰਤਰਿੰਕ ਕਮੇਟੀ ਸ਼੍ਰੋਮਣੀ ਗੁਰਦਾ ਪਰਬੰਧ ਕਮੇਟੀ ਚੁਣੀ ਜਾਣੀ ਹੈ ਉਹਦੇ ਵਾਸਤੇ ਸੁਬੀਸ਼ ਸਿੰਘ ਬਾਦਲ ਨੂੰ ਜ਼ਿਆਦਾ ਫਿਕਰ ਹੈ ਇਸੇ ਕਰਕੇ ਉਹ ਜਿਹੜਾ 40 40 ਦਿਨ ਕੱਟੇ ਜਾਂ ਉਹਨਾਂ ਨੇ ਸਵਾ ਮਹੀਨਾ ਕੱਟਿਆ ਜਾਂ ਇੱਕ ਮਹੀਨਾ ਕੱਟਿਆ ਆਪਣੀ ਕੋਠੀ ਰਹਿ ਕੇ ਉਹਨਾਂ ਲੱਗਾ ਕਿ ਇਹ ਨਾ ਹੋ ਜੇ ਵੀ ਉਹਨਾਂ ਨੂੰ ਉਹਨਾਂ ਵਾਸਤੇ ਪੰਚਾਇਤੀ ਚ ਉਹਨਾਂ ਨੂੰ ਹੀ ਮੈਟਰ ਕਰਦੀਆਂ ਨੋਨੀਮਾਨ ਨਹੀਂ ਮੈਟਰ ਕਰਦਾਗਾ ਪੋਲੀਟੀਕਲ ਲੋਕਾਂ ਦੇ ਕੇਸ ਦਰਜ ਹੁੰਦੇ ਰਹਿੰਦੇ ਆਗੇ ਨੇ ਕੋਈ ਨਵੀਂ ਗੱਲ ਹੀ ਹੈਗੀ ਕੋਈ ਸੱਚੇ ਹੋਗੇ ਕੋਈ ਝੂਠੇ ਹੋਗੇ ਠੀਕ ਹੈ ਪਰ ਸਭ ਤੋਂ ਮਹੱਤਵਪੂਰਨ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੁਣਨ ਵਾਲੀ ਅੰਤਰਿੰਗ ਬਾਉਡੀ ਹੈਗੀ ਜਿਹਦੇ ਚ ਕੀ ਫਿਰ ਤੋਂ ਹਰਜਿੰਦਰ ਸਿੰਘ ਧਮੀ ਸਾਹਿਬ ਪ੍ਰਧਾਨ ਬਣਗੇ ਤੇ ਬਾਕੀ ਵਾਈਸ ਪ੍ਰਧਾਨ ਮੀਤ ਪ੍ਰਧਾਨ ਜਨਰਲ ਸਕੱਤਰ ਤੇ ਅੰਤਰਿੰਗ ਕਮੇਟੀ ਕਿਵੇਂ ਚੁਣੀ ਜਾਣੀ ਕੌਣ-ਕੌਣ ਹੋਏਗੇ ਉਹਨੂੰ ਲੈ ਕੇ ਸੁਬੀਰ ਸਿੰਘ ਬਾਦਲ ਹੁਣੀ ਬਾਹਰ ਨਿਕਲੇ ਨੇ ਹੋਰ ਮੈਨੂੰ ਕੋਈ ਲੱਗਦਾ ਨਹੀਂ ਕਿ ਸੁਬੀਰ ਸਿੰਘ ਬਾਦਲ ਹੁਣੀ ਬਾਹਰ ਨਿਕਲਦਾ ਕੋਈ ਹੋਰ ਦੂਜਾ ਕੋਈ ਕਾਰਨ ਹੋ ਸਕਦਾਗਾ ਪਰ ਉਹਨਾਂ ਨੂੰ ਇੱਕ ਨਹੀਂ ਨਿਕਲਣਾ ਚਾਹੀਦਾਗਾ ਸੀ ਔਰ ਤਖਤ ਨੂੰ ਚੈਲੰਜ ਨਹੀਂ ਕਰਨਾ ਚਾਹੀਦਾਗਾ ਸੀ ਉਹ ਸ਼ਾਇਦ ਸਿਆਸੀ ਭੁੱਖ ਕਰਕੇ ਉਹ ਆਹੇ ਬਗਾਹੇ ਇੱਕ ਵਾਰ ਫਿਰ ਉਹਨਾਂ ਕੋ ਗਨਾਹ ਹੋ ਗਿਆ ਜਿੱਥੇ ਇੱਕ ਮਹੀਨਾ ਹੋਰ ਕੱਟਿਆ ਜਾ ਸਕਦਾਈ ਜੇ ਤੁਸੀਂ ਕਾਰਜਕਾਰੀ ਪ੍ਰਧਾਨ ਬਣਾਇਆ ਹੈਗਾ ਕਾਰਜਕਾਰੀ ਪ੍ਰਧਾਨ ਨੂੰ ਹੁਕਮ ਦੇ ਦੇਣੇ ਹੈਗੇ ਕਿ ਆਪਾਂ ਮੋੜ ਤੋਂ ਅੰਤਰੀ ਕਮੇਟੀ ਦੇ ਜਿਹੜੇ ਚੁਣੇ ਬੰਦੇ ਆਵਾ ਚੁਣੇ ਆ ਤੇ ਇਹੋ ਚ ਪ੍ਰਧਾਨ ਲਾਉਣਾ ਹੈਗਾ ਵਾ ਤੇ ਉਸ ਹਿਸਾਬ ਦੇ ਨਾਲ ਹੀ ਭੁੰਦਰ ਸਾਹਿਬ ਹੋਣੀ ਤੇ ਸਭ ਤੋਂ ਵੱਧ ਇਸ ਸਟਮ ਦੇ ਕਾਲੀ ਲੀਡਰਾਂ ਚੋਂ ਬਾਦਲਾਂ ਦਾ ਕੋਈ ਵਿਸ਼ਵਾਸਪਾਤਰ ਹੈ ਉਹ ਬਲਵਿੰਦ ਸਿੰਘ ਭੁੰਦਰ ਸਾਹਿਬਾ ਉਹਨਾਂ ਨੇ ਤੁਹਾਡੇ ਹਿਸਾਬ ਦੇ ਨਾਲ ਹੀ ਪ੍ਰਧਾਨ ਚੁਣਨਾ ਹੈਗਾ ਸੀ ਪਰ ਤੁਹਾਨੂੰ ਆ ਜਿਹੜੇ ਕਿਉਂਕਿ ਰਹਿਤ ਮਰਿਆਦਾ ਇਹ ਕਹਿੰਦੀ ਹੈ ਕਿ ਜਿਹੜੇ ਬੰਦੇ ਦੋਸ਼ੀ ਡਿਕਲੇਅਰ ਕੀਤੇ ਜਾਂਦੇ ਨੇ ਜਦ ਤੱਕ ਉਹ ਸਜ਼ਾ ਭੁਗਤ ਨਹੀਂ ਜਾਂਦੇ ਹੈਗੇ ਤਦ ਤੱਕ ਉਹ ਕਿਸੇ ਦੇ ਮੱਥੇ ਵੀ ਨਹੀਂ ਲੱਗਣਾ ਚਾਹੀਦਾ ਉਹਨਾਂ ਕੋਈ ਫਤਿਹ ਸਾਂਝੀ ਨਹੀਂ ਕਰ ਸਕਦੇਗੇ ਉਹ ਕਿਤੇ ਗੁਰਦੁਆਰੇ ਜਾ ਕੇ ਦੇਖ ਨਹੀਂ ਕਰਵਾ ਸਕਦੇ ਹੈਗੇ ਪਰ ਸੁਭੀ ਸਿੰਘ ਬਾਦਲ ਉਹਨਾਂ ਨੇ ਮਿਲਣਾ ਸ਼ੁਰੂ ਕਰ ਦਿੱਤਾ ਹੈਗਾ ਇਸੇ ਕਰਕੇ ਕਿਹਾ ਜਾ ਰਿਹਾ ਹੈਗਾ ਕਿ ਜਿਹੜੀਆਂ ਪੰਥ ਦੀਆਂ ਤਿੰਨ ਸੰਸਥਾਵਾਂ ਸਨ ਨੰਬਰ 1 ਤੇ ਸ਼੍ਰੀ ਕਾਲਤਕ ਸਾਹਿਬ ਨੰਬਰ 2 ਤੇ ਸ਼ਰੂਮ ਗੁਰਦਾ ਪ੍ਰਬੰਧਕ ਕਮੇਟੀ ਨੰਬਰ 3 ਤੇ ਸ਼ਰੂਮ ਨਿਕਾਲੀ ਦਲ ਕਿਉਂ ਇਹਨਾਂ ਦੇ ਵਿੱਚ ਨਿਗਾਰ ਆਇਆ ਹੈਗਾ ਉਸ ਨਿਗਾਰ ਪਿੱਛੇ ਸ਼ਰੂਮ ਨਿਕਾਲੀ ਦਲ ਦੇ ਲੀਡਰ ਜ਼ਿੰਮੇਵਾਰ ਆ ਜੀ ਇੱਕ ਤੀਜਾ ਮਸਲਾ ਹੋਰ ਮਹੱਤਵਪੂਰਨ ਆ ਪੰਜਾਬ ਦਾ ਹਰ ਸਾਲ ਹਰ ਸੀਜ਼ਨ ਵਿੱਚ ਚਰਚਾ ਦਾ ਵਿਸ਼ਾ ਬਣਦਾ ਉਹ ਪ੍ਰਾਲੀ ਦਾ ਹੁਣ ਪ੍ਰਾਲੀ ਦੇ ਅੱਗ ਨਾ ਲੱਗੇ ਕਈ ਕੇਸ ਨਾ ਆਉਣ ਠੱਲ ਪੈ ਜਾਵੇ ਇਹਦੇ ਲਈ ਤਰ੍ਹਾਂ ਤਰ੍ਹਾਂ ਦੇ ਹੁਕਮ ਆਉਂਦੇ ਆ ਪਿਛਲੇ ਸਾਲ ਵੀ ਆਏ ਕਦੇ ਡਿਪਟੀ ਕਮਿਸ਼ਨਰ ਤੇ ਕਦੇ ਐਸਐਸਪੀ ਹੁਣ ਤਾਜ਼ਾ ਹੁਕਮ ਐਸਐਸਪੀ ਫਾਜ਼ਲਕਾ ਦਾ ਆਉਂਦਾ ਵਰਿੰਦਰ ਸਿੰਘ ਬਰਾੜ ਦਾ ਕਹਿੰਦੇ ਕਿ ਜਿੰਨੇ ਥਾਣੇਦਾਰ ਆ ਸਾਰੇ ਚੱਕੰਨੇ ਹੋ ਜਾਓ ਜੇ ਤੁਹਾਡੇ ਇਲਾਕੇ ਚ ਕਿਤੇ ਮਾਮਲੇ ਆ ਗਏ ਸਾਹਮਣੇ ਅੱਗ ਲੱਗਣ ਦੇ ਪ੍ਰਾਲੀ ਨੂੰ ਜਾਂ ਰਹਿਂਦ ਖੁੰਦ ਨੂੰ ਤਾਂ ਤੁਹਾਨੂੰ ਕਾਰਨ ਦੱਸੋ ਨੋਟਿਸ ਵੀ ਆਉਣਗੇ ਔਰ ਵਿਭਾਗੀ ਕਾਰਵਾਈ ਵੀ ਵੱਟ ਤੇ ਪਈ ਆ ਇਹ ਪੀਛੇ ਕਿਉਂਕਿ ਪਰਾਲੀ ਦਾ ਜਿਹੜਾ ਰੌਲਾ ਵਾ ਇਹ ਬਹੁਤ ਜ਼ਿਆਦਾ ਰੌਲਾ ਹੈਗਾ ਨਾ ਇਹਦਾ ਹਾਲਤ ਇਹ ਸੈਂਟਰ ਸਰਕਾਰ ਤੇ ਸੂਬਾ ਸਰਕਾਰ ਨੂੰ ਕੱਢਣਾ ਚਾਹੀਦਾ ਹੈਗਾ ਕਿ ਪਰਾਲੀ ਇਕੱਠੀ ਕਰਨੀ ਚਾਹੀਦੀ ਹੈ ਪਰਾਲੀ ਦੇ ਹੱਲ ਕੱਢਣਾ ਜਿਹਦੇ ਹਜੇ ਤੱਕ ਦੇ ਕੋਈ ਦੇਸ਼ ਕਿੱਥੇ ਦਾ ਕਿੱਥੇ ਪਹੁੰਚ ਗਿਆ ਪਰਾਲੀ ਦਾ ਹੱਲ ਨਹੀਂ ਨਿਕਲਿਆ ਔਰ ਸੁਪਰੀਮ ਕੋਰਟ ਨੂੰ ਇਹ ਲੱਗਦਾ ਹੈਗਾ ਕਿ ਧੂਆ ਜਦੋਂ ਪ੍ਰਾਲੀ ਨੂੰ ਅੱਗ ਲਾਉਂਦੇ ਹੈਗੇ ਦਿੱਲੀ ਜਿਹੜੀ ਧੂਮੇ ਚ ਡੁੱਬਦੀ ਹੈਗੀ ਉਹ ਪੰਜਾਬ ਕਰਕੇ ਨਾ ਉਹ ਬਿਨਾਂ ਕੋਈ ਲੌਜੀਕ ਨਹੀਂ ਹੈਗਾ ਨਾ ਅਨਲੌਜੀਕਲ ਗੱਲਾਂ ਕੀਤੀਆਂ ਜਾ ਰਹੀਆਂ ਪਿਛਲੀ ਵਾਰ ਪੰਜਾਬ ਦੇ ਅਫਸਰਾਂ ਤੇ ਪ੍ਰੈਸ਼ਰ ਆ ਜਾਂਦਾ ਹੈਗਾ ਪਿਛਲੀ ਵਾਰ ਪਟਿਆਲਾ ਚ ਪ੍ਰੈਸ਼ਰ ਸੀ ਉਹ ਕਹਿੰਦੇ ਕਿ ਜਿਹੜੇ ਪ੍ਰਾਲੀ ਨੂੰ ਅੱਗ ਲਾਣਗੇ ਉਹਨਾਂ ਦੇ ਬੱਚਿਆਂ ਦੇ ਪਾਸਪੋਰਟ ਨਹੀਂ ਬਣਾਵਾਂਗੇ ਪੁਲਿਸ ਵੈਰੀਫਿਕੇਸ਼ਨ ਨਹੀਂ ਹੋਏਗੀ ਰੈੱਡ ਐਂਟਰੀ ਕਰ ਦਿੱਤੀ ਜੋਗੀ ਮੋਗੇ ਦਾ ਡੀਸੀ ਕਹਿੰਦਾ ਹੈਗਾ ਸੀ ਕਿ ਜੇ ਹੋਇਆ ਚੌਂਕੀਦਾਰ ਸਸਪੈਂਡ ਸਰਪੰਚ ਸਸਪੈਂਡ ਸਾਰੇ ਸਸਪੈਂਡ ਕਰ ਦਾਂਗੇ ਠੀਕ ਹੈ ਜੇ ਸਰਕਾਰੀ ਕੋਈ ਮੁਲਾਜ਼ਮਾ ਉਹਦੇ ਤੇ ਰੈੱਡ ਐਂਟਰੀ ਕਰ ਦਾਂਗੇ ਇਹ ਜਿਹੜੇ ਹੁੰਦੇ ਨੇ ਤੁਗਲਕੀ ਫਰਮਾਨ ਹੁੰਦੇ ਨੇ ਤੇ ਜਿਹੜਾ ਅੱਜ ਕੱਢਿਆ ਗਿਆ ਕਿ ਐਸਐਚਓ ਜ਼ਿੰਮੇਵਾਰ ਹੋਇਆ ਯਾਰ ਤੁਹਾਡੇ ਕੋ ਤੇ ਨਸ਼ਾ ਤੇ ਕੰਟਰੋਲ ਨਹੀਂ ਹੋ ਰਿਹਾ ਤੁਹਾਡੇ ਕੋ ਬਦਮਾਸ਼ ਤੇ ਫੜੇ ਨਹੀਂ ਜਾ ਰਹੇਗੇ ਤੇ ਤੁਸੀਂ ਇੱਕ ਹੋਰ ਇੱਕ ਗੱਲਾਂ ਕਰ ਰਹੇ ਹੋਗੇ ਪੁਲਿਸ ਦਾ ਕੰਮ ਇਹ ਥੋੜਾ ਹੈਗਾ ਪੁਲਿਸ ਦਾ ਕੰਮ ਆ ਪੁਲਿਸਿੰਗ ਕਰਨੀ ਪਾਲਿਸ਼ਿੰਗ ਨਹੀਂ ਕਰਨੀ ਹੁਣ ਪੁਲਿਸ ਵਾਲੇ ਪੁਲਿਸਿੰਗ ਨਹੀਂ ਕਰੀ ਪਾਲਿਸ਼ ਕਰੇ ਲੀਡਰਾਂ ਦੀ ਪਾਲਿਸ਼ ਕਰੇ ਐਮਐਲਏ ਦੀ ਪਾਲਿਸ਼ ਕਰੇ ਮੰਤਰੀਆਂ ਦੀ ਪਾਲਿਸ਼ ਕਰੇ ਅੱਗੇ ਨੇ ਕਾਨੂੰਨ ਵਿਵਸਥਾ ਪੁਲਿਸ ਦਾ ਮੁੱਖ ਕਾਰਨ ਜ਼ਿੰਮੇਵਾਰੀ ਹੁੰਦੀ ਹੈ ਕਿ ਕਾਨੂੰਨ ਵਿਵਸਥਾ ਕਿਵੇਂ ਬਰਕਰਾਰੀ ਆਮ ਸ਼ਹਿਰੀ ਕਿਵੇਂ ਆਪਣੀ ਜ਼ਿੰਦਗੀ ਬਦੀਦ ਕਰੇ ਉਹਨੂੰ ਕੋਈ ਖੌਫ ਨਾ ਹੋਵੇ ਡਰ ਨਾ ਹੋਵੇ ਭੈ ਨਾ ਹੋਵੇ ਉਹ ਜ਼ਿੰਮੇਵਾਰੀ ਹੁੰਦੀ ਹੈ ਤੇ ਇਸ ਜਿਹੜੇ ਗੈਰ ਸਮਾਜਿਕ ਅਨਸਰ ਉਹਨਾਂ ਤੇ ਨੱਥ ਪਾਉਣੀ ਕੰਟਰੋਲ ਕਰਨਾ ਹੁਣ ਆ ਹੁਣ ਕਹਿੰਦੇ ਕਿ ਥਾਣੇਦਾਰ ਜੀ ਜੇ ਤੁਹਾਡੇ ਇਲਾਕੇ ਦੇ ਵਿੱਚ ਕੋਈ ਅੱਗ ਲਾਉ ਉਹ ਲੱਗੀ ਪਰਾਲੀ ਨੂੰ ਤੇ ਤੁਸੀਂ ਜ਼ਿੰਮੇਵਾਰ ਹੋਗੇ ਬਿਲਕੁਲ ਨਹੀਂ ਫੈਸਲਾ ਵਾਪਸ ਲੈਣਾ ਚਾਹੀਦਾ ਇਹ ਟੋਟਲੀ ਧੁਗਲ ਕੀ ਫਰਮਾਨ ਹੈਗਾ ਆਂ ਇਹਦੇ ਵਿੱਚ ਤਾਂ ਵੈਸੀ ਕਰਲਾਉਂਦੇ ਰਹਿੰਦੇ ਆ ਪੁਲਿਸ ਵਾਲੇ ਕਹਿੰਦੇ ਸਾਡੇ ਕੋਲ ਕਿੰਨੇ ਕੁ ਜਣੇ ਆ ਸੀ ਕਿੱਥੇ ਕਿੱਥੇ ਜਾਈਏ ਨਫਰੀ ਦੀ ਏਡੀ ਵੱਡੇ ਪੱਦਰ ਤੇ ਘਾਟ ਹੈ ਜੇ ਡਿਊਟੀਆਂ ਸਾਰੇ ਪਾਸੇ ਲੱਗੀਆਂ ਜਾਵਾਂਗੇ ਕਿਹੜੇ ਕਿਹੜੇ ਪਾਸੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਫਾਜ਼ਿਲਗੜ੍ਹ ਗੱਲ ਕੀਤੀ ਜਵੇ ਕਿੰਨੇ ਹਾਰ ਏਕੜ ਜ਼ਮੀਨ ਹੈਗੀ ਉੱਥੇ ਤੇ ਮੁਲਾਜ਼ਮ ਉਹ ਤੇ 11 ਸੂਬ ਨਹੀਂ ਹੋਣਾ ਹੈਗਾ ਐਸਐਚਓ ਕਿੰਨੇ ਹੋਣਗੇ ਅੱਧੇ ਤੇ ਵੀਆਈਪੀ ਡਿਊਟੀ ਦੇ ਸਿਪਾਹੀ ਤੋਂ ਲੈ ਕੇ ਐਸਐਚਓ ਤੱਕ ਰਹਿੰਦੇ ਹੈਗੇ ਨੇ ਅੱਧੇ ਅਫਸਰਾਂ ਦੇ ਘਰ ਰਹਿੰਦੇ ਹੈਗੇ ਨੇ ਇੱਕ ਥਾਣੇ ਦੇ ਵਿੱਚ ਤੇ ਸਵਾਈ ਸਵੇਰੇ ਸ਼ਾਮ ਮੁੰਚੀ ਤੋਂ ਇਲਾਵਾ ਕੋਈ ਕੋਈ ਹੋਰ ਨਹੀਂ ਬੰਦਾ ਭਾਵੇਂ ਹਾਲਾਤ ਇਦਾਂ ਦੇ ਬੰਦੇ ਯਾਰੇ ਕੋਈ ਥਾਣਾ ਲੁੱਟ ਕੇ ਲੈ ਜਾਏ ਹੂੰ ਐਸਐਚਓ ਵੀ ਬਾਹਰ ਹੁੰਦਾ ਨਫਰੀ ਵੀ ਬਾਹਰ ਹੁੰਦੀ ਹੈ ਮੁੰਚੀ ਤੇ ਕੋਈ ਬਾਹਰ ਸੰਤਰੀ ਖੜਾ ਹੁੰਦਾ ਅੱਜ ਕੱਲ ਸਾਰੀ ਦੇ ਵੀਆਈਪੀ ਡਿਊਟੀ ਸੰਤਰੀ ਵੀ ਨਹੀਂ ਦਿਖਦੇ ਅੱਜ ਕੱਲ ਹਾਂ ਉਹ ਅੱਗੇ ਗੇਟ ਤੇ ਖੜੇ ਹੁੰਦੇ ਨੇ ਕਿਉਂਕਿ ਨਫਰੀ ਇੰਨੀ ਘਟ ਗਈ ਆ ਅਕੱਲ ਹੀ ਡੀਜੀਪੀ ਸਾਹਿਬ ਮਹਾਲੀ ਵਾਲਿਆਂ ਨੂੰ 200 ਬੰਦਾ ਵਧ ਦੇ ਕੇ ਮਹਾਲੀ ਦੇ ਵਿੱਚ ਕਿਉਂਕਿ ਇੱਕ ਇੰਪੋਰਟੈਂਟ ਸਿਟੀ ਹੈਗੀ ਆ 1100 ਬੰਦਾ ਹੁਣ ਉੱਥੇ 1300 ਹੋ ਗਿਆ ਨਾ ਤੇ ਅੱਜ ਕੱਲ ਤੇ ਕਹਿੰਦੇ ਕਿ ਪੰਜਾਬ ਦੇ 7-8 ਜ਼ਿਲ੍ਹੇ ਨੇ ਤਰਨਤਾਰਨ ਫਾਜ਼ਿਲਕਾ ਬਰਨਾਲਾ ਮਾਨਸਾ ਮਹਾਲੀ ਮਲੇਰ ਕੋਟ ਦਾ ਜਿੰਨੀ ਇਹਨਾਂ ਕੋ ਪੁਲਿਸ ਨਾਲ ਉਨੀ ਪੰਜਾਬ ਦੇ ਵੀਆਈਪੀਜ਼ ਕੋਲ ਪੁਲਿਸ ਆ ਇੱਕ ਟੱਬਰ ਕੋ ਤੇ ਕਹਿੰਦੇ 13 1400 ਬੰਦਾ ਹੋ ਗਿਆ ਵਿਰੋਧੀ ਗੱਲਾਂ ਕਰਦੇ ਹੈਗੇ ਨੇ ਮੰਤਰੀਆਂ ਕੋ ਕਿੰਨੇ ਹੈਗੇ ਨੇ ਪੰਜਾਬ ਦੀ ਜਿਹੜੀ ਜੈਡ ਪਲੱਸ ਸਕਿਉਰਿਟੀ ਅੱਧੀ ਤੇ ਦਿੱਲੀ ਵਾਲੇ ਲਈ ਫਿਰਦੇ ਹੈਗੇ ਨੇ ਦਿੱਲੀ ਦੇ ਵਿੱਚ ਤਿੰਨ ਚਾਰ ਬੰਦੇ ਹੈਗੇ ਨੇ ਗਾਂ ਉਹਨਾਂ ਦੇ ਸਹੌਰੀਆਂ ਤੱਕ ਹੈਗੀਆ ਕੁੜਮਾ ਤੱਕ ਹੈਗੀਆ ਪੰਜਾਬ ਦੇ ਉੱਥੇ ਪੰਜਾਬ ਪੁਲਿਸ ਦੀ ਦਿੱਲੀ ਤੁਰੀ ਫਿਰਦੀ ਹੈਗੀ ਨੇ ਅਜੀਬ ਸਥਿਤੀ ਦੇ ਵਿੱਚ ਉਹਨੂੰ ਐਸਐਚਓ ਥੋੜਾ ਜ਼ਿੰਮੇਵਾਰ ਆ ਗਿਆ ਇਹ ਸਿਸਟਮ ਕਿਹਨੇ ਬਣਾਉਣਾ ਹੈ ਇਹ ਪੰਜਾਬ ਦੇ ਅਫਸਰਾਂ ਨੇ ਸਿਸਟਮ ਬਣਾਉਣਾ ਹੈ ਪੰਜਾਬ ਦੀ ਬਿਊਰੋਕ੍ਰੇਸੀ ਨੇ ਬਣਾਉਣਾ ਹੈਗਾ ਇਹ ਪੁਲਿਸ ਦਾ ਕੰਮ ਨਹੀਂ ਹੈਗਾ ਪਰਾਲੀ ਨੂੰ ਅੱਗ ਲ ਕੋਈ ਲਾਉਂਦਾ ਕਿ ਨਹੀਂ ਇਹਦੇ ਸਿਵਲ ਐਡਮਿਨਿਸਟ੍ਰੇਸ਼ਨ ਦਾ ਕੰਮ ਹੈਗਾ ਨਾ ਇਹ ਕਾਨੂੰਨ ਵਿਵਸਥਾ ਦਾ ਕੰਮ ਨਹੀਂ ਹੈਗਾ ਪਰ ਐਸਐਚਓ ਲਾ ਦਿੱਤੇ ਹੈਗੇ ਹਰ ਕੋਈ ਜਿਹੜਾ ਉਹ ਵੀ ਨਾ ਕਿ ਮੇਰੇ ਹਲਕੇ ਦੇ ਵਿੱਚ ਮੈਂ ਆਹ ਕੰਮ ਕਰਦਾ ਕਿ ਤੇ ਮੈਨੂੰ 골ਡ ਮੈਡਲ ਮਿਲ ਜੂ ਜਾਂ ਮੈਨੂੰ ਡੀਜੀਪੀ ਡਿਸਕ ਮਿਲ ਜੂਗੀ ਜਾਂ ਮੈਨੂੰ ਸਟੇਟ ਲੈਵਲ ਦਾ ਬਾਅਦ ਚ ਜਦੋਂ 15 ਜਨਵਰੀ ਤੇ 26 ਜਨਵਰੀ ਤੇ ਮੁੱਖ ਮੰਤਰੀ ਸਟੇਟ ਲੈਵਲ ਦਾ ਅਵਾਰਡ ਦੇਣਗੇ ਇਹ ਭੁੱਖ ਹੋ ਗਈ ਆ ਇਹ ਇਹ ਜਦ ਤੱਕ ਇਹ ਕੋਈ ਟੈਂਪਰੇਰੀ ਕੰਮ ਨਹੀਂ ਕੋਈ ਇਹ ਅਲਟਰਨੇਟਿਵ ਇਹ ਵਿਕਲਪ ਨਹੀਂ ਹੈਗੇ ਨੇ ਪਰਮਨੈਂਟ ਹੱਲ ਚ ਇਸ ਇਹ ਜਿਹੜੀ ਪ੍ਰਾਲੀ ਸਾੜਨ ਦੀ ਜਿਹੜੀ ਬਿਮਾਰੀ ਕਹਿ ਰਹੇ ਹੋ ਇਹ ਪਰਮਨੈਂਟ ਹੱਲ ਕਿਉਂ ਤੱਕ ਕਿਉਂ ਨਹੀਂ ਕੱਢਿਆ ਕਾਲੀਆਂ ਦੀਆਂ ਸਰਕਾਰਾਂ 1997 ਤੋਂ ਲੈ ਕੇ 1997 ਤੋਂ ਲੈ ਕੇ ਹੁਣ ਤੱਕ ਤਿੰਨ ਸਰਕਾਰਾਂ ਕਾਲੀਆਂ ਦੀਆਂ ਬਣੀਆਂ ਦੋ ਸਰਕਾਰਾਂ ਕਾਂਗਰਸ ਦੀਆਂ ਬਣ ਗਿਆ 30 ਮਹੀਨੇ ਤੁਹਾਡੇ ਹੋ ਗਏ ਨੇ ਅਜੇ ਤੱਕ ਪ੍ਰਾਲੀ ਦਾ ਹੱਲ ਨਹੀਂ ਨਿਕਲਿਆ ਹੈਗਾ ਕਿਉਂ ਨਹੀਂ ਅਜੇ ਇਹ ਸਾਧਨ ਤਿਆਰ ਕੀਤੇ ਜਾਂਦੇ ਕਿਉਂ ਨਹੀਂ ਅਜੇ ਇਹ ਵਕਲਪ ਬਣਾਏ ਜਾਂਦੇ ਹੈਗੇ ਕਿ ਪ੍ਰਾਲੀ ਦੀ ਜਿਹੜੀ ਮੁਸੀਬਤ ਆ ਉਹ ਦੂਰ ਕੀਤੀ ਜਾਵੇ ਅਗੇ ਕਿਤੇ ਇਸ ਤਰ੍ਹਾਂ ਦੇ ਫਰਮਾਨ ਜਾਂ ਹੁਕਮ ਇਸ ਕਰਕੇ ਤਾਂ ਨਹੀਂ ਆਉਂਦੇ ਕਿ ਕੱਲ ਨੂੰ ਅਦਾਲਤ 'ਚ ਜਦੋਂ ਸਰਕਾਰ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਦੱਸ ਸਕਣ ਕਿ ਆਹ ਦੇਖੋ ਜੀ ਅਸੀਂ ਇੰਨੀ ਤਰੀਕ ਨੂੰ ਆਹ ਹੁਕਮ ਵੀ ਜਾਰੀ ਕੀਤਾ ਸੀ ਸੀ ਆਪਣੇ ਵੱਲੋਂ ਪੂਰਾ ਜ਼ੋਰ ਲਾਈ ਰੱਖਿਆ ਕਿ ਨਾ ਲੱਗੇ ਅੱਗ ਕਿ ਦਿਖਾਉਣ ਵਾਸਤੇ ਕਿ ਸਾਡੇ ਕੋਲ ਆ ਰਿਕਾਰਡ ਹੈ ਪਿਛਲੀ ਜਿਹੜੀ ਸੁਣਵਾਈ ਹੋਈ ਸੀ ਸੁਪਰੀਮ ਕੋਰਟ ਦੇ ਵਿੱਚ ਉਹਦੇ ਚ ਹਰਿਆਣਾ ਤੇ ਪੰਜਾਬ ਸਰਕਾਰ ਦੀ ਕਾਫੀ ਝਾੜ-ਚੰਪ ਕੀਤੀ ਹੈਗੀ ਉਹਦੇ ਚ ਇਹ ਵੀ ਗੱਲ ਸਹੀ ਹੈ ਕਿ ਖਾਣਾ ਪੂਰਤੀ ਵਾਸਤੇ ਐਕਸ਼ਨ ਕਰ ਰਹੇ ਹੈਗੇ ਨੇ ਪਰ ਉਹ ਹੱਲ ਨਹੀਂ ਨਾ ਗਿਆ ਖਾਣਾ ਪੂਰਤੀ ਸੁਪਰੀਮ ਕੋਰਟ ਦੇ ਵਿੱਚ ਜੱਜ ਸਾਹਿਬ ਜਿਹੜੇ ਜਸਟਿਸ ਬੈਠੇ ਉਹ ਤੁਹਾਡੇ ਗਿਰਦਾ ਆ ਵਾਲੀ ਦਲੀਲ ਨੂੰ ਮੰਨ ਲੈਣਗੇ ਵੀ ਅਸੀਂ ਤੇ ਐਸਐਚਓ ਨੂੰ ਵੀ ਜ਼ਿੰਮੇਵਾਰ ਫਿਕਸ ਕਰਤਾ ਫਿਰ ਐਸਐਚਓ ਜੇ ਮੈਂ ਫਿਰ ਐਸਐਸਪੀ ਤੇ ਜੇ ਕਾਰਵਾਈ ਕਿਉਂ ਕਰੂਗਾ ਜੇ ਐਸਐਸਪੀ ਕਹਿੰਦਾ ਹੈਗਾ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਅਗ ਲੱਗੇਗੀ ਪ੍ਰਾਲੀ ਨੂੰ ਮੈਂ ਤੁਹਾਡੇ ਖਿਲਾਫ ਵਿਭਾਗੀ ਕਾਰਵਾਈ ਕਰੂੰਗਾ ਜਾਂ ਡੀਸੀ ਕਹਿੰਦਾ ਕਿ ਜੇ ਮੈਂ ਤੁਹਾਡੇ ਇਲਾਕੇ ਚ ਪ੍ਰਾਲੀ ਮੈਂ ਸਸਪੈਂਡ ਕਰ ਦੂ ਸਰਪੰਚ ਵੀ ਨੰਬਰਦਾਰ ਵੀ ਸਸਪੈਂਡ ਕਰ ਦੂ ਚੌਕੀਦਾਰੀ ਸਸਪੈਂਡ ਕਰ ਤੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਫਿਰ ਹੁਕਮ ਛੱਡਦੇ ਨੇ ਜਿਹਦੇ ਕਿ ਜੇ ਤੁਹਾਡੇ ਇਲਾਕੇ ਦੇ ਵਿੱਚ ਪ੍ਰਾਲੀ ਹੋ ਗਈ ਮੈਂ ਐਸਐਸਪੀ ਵੀ ਸਸਪੈਂਡ ਕਰ ਦੂ ਮੈਂ ਡੀਸੀ ਵੀ ਸਸਪੈਂਡ ਕਰ ਦੂ ਮਤਲਬ ਟੈਂਪਰੇਰੀ ਹੱਲ ਆਣਾ ਪ੍ਰਾਲੀ ਦਾ ਸੋਲੂਸ਼ਨ ਹਲੇ ਤੱਕ ਪੰਜਾਬ ਦੀਆਂ ਸਰਕਾਰਾਂ ਕਿਉਂ ਨਹੀਂ ਲੱਭ ਸਕੀਆਂ ਹੈਗੀਆਂ ਦੋਸ਼ੀ ਨੇ ਅਹੀਂ ਵਾਤੋਵਾਦ ਐਸਐਚਓ सस्पेंड ਕਰ ਦਊਗਾ ਜੇ ਵਿਭਾਗੀ ਕਾਰਵਾਈ ਕਰ ਦੋਏ ਉਹ ਵਿਚਾਰਾ ਅਡੀਆਂ ਕ ਘਸੀਟਦਾ ਮਰ ਜੂਗਾ ਐਸਐਸਪੀ ਕੋ ਜਾ ਕੇ ਮਿਲੂਗਾ ਜਾਂ ਫਿਰ ਲੋਕਲ ਐਮਐਲਏ ਨੂੰ ਕਹੂਗਾ ਜੀ ਮੇਰਾ ਖਿਹੜਾ ਛਡਾਓ ਜਾਂ ਉਹ ਵਿਚਾਰਾ ਕਿਸੇ ਦੀ ਜੇਬ ਗਰਮ ਕਰੂਗਾ ਉਹ ਕਿਸੇ ਦੀ ਜੇਬ ਕਰ ਗਰਮ ਕਰੂਗਾ ਤੇ ਫਿਰ ਉਹ ਪੱਲਿਓ ਥੋੜਾ ਪੈਸੇ ਦੇਊਗਾ ਉਹ ਫਿਰ ਲੋਕਾਂ ਨੂੰ ਜੁੱਤੀਆਂ ਮਾਰੂਗਾ ਜੁੱਤੀਆਂ ਮਾਰ ਕੇ ਪੈਸੇ ਕੱਢੂਗਾ ਇਹ ਇਹ ਕੰਮ ਨਹੀਂ ਹੈਗਾ ਇਹ ਪਰਮਾਨੈਂਟ ਹੱਲ ਨਹੀਂ ਹੈ ਸਾਨੂੰ ਪਰਾਲੀ ਦਾ ਹੱਲ ਕੱਢਣਾ ਸਾਡੇ ਕੋ ਖੇਤੀਬਾੜੀ ਯੂਨੀਵਰਸਿਟੀ ਹੈ ਉਹਨੂੰ ਪੁੱਛੋ ਕਦੀ ਕੀ ਦਾ ਹੱਲ ਕਿਵੇਂ ਨਿਕਲਦਾ ਸਾਡੇ ਕੋ ਪੰਜਾਬ ਫਾਰਮਰ ਕਮਿਸ਼ਨ ਆ ਉਹਨੂੰ ਪੁੱਛੋ ਸਾਡੇ ਕੋ ਐਡੇ ਵੱਡੇ ਵੱਡੇ ਆਈਐਸ ਅਫਸਰ ਨੇ ਉਹਨਾਂ ਨੂੰ ਪੁੱਛੋ ਸਾਡੇ ਕੋਲ ਐਡੇ ਵੱਡੇ ਵੱਡੇ ਐਗਰੀਕਲਚਰ ਐਕਸਪਰਟ ਨੇ ਜਾਂ ਕਿਸਾਨੀ ਮਾਹਿਰ ਨੇ ਉਹਨਾਂ ਕੋ ਪੁੱਛੋ ਭਾਰਤ ਸਰਕਾਰ ਨੂੰ ਲੋਕ ਹੁਣ ਭਾਰਤ ਸਰਕਾਰ ਤੇ ਸੈਂਟਰ ਸਰਕਾਰ ਅਜੇ ਤਾਂ ਸੂਬਾ ਸਰਕਾਰ ਪੀਪਲ ਕਿਸਾਨਾਂ ਨੂੰ ਵਾਧੂ ਸਬਸਿਡੀ ਦੇ ਦੋ ਪਰਾਲੀ ਦੀ ਜਗ੍ਹਾ ਨਾ ਨਾ ਸੜਨਾਗੇ ਪੀ ਕੋਈ ਨਾ ਕੋਈ ਤਾਂ ਹੱਲ ਕਰਨੀ ਪੈਗੇ ਅਸੀਂ ਐਸ ਐਚਓ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਕਰਕੇ ਪਟਵਾਰੀ ਸਸਪੈਂਡ ਕਰਕੇ ਨੰਬਰਦਾਰ ਸਸਪੈਂਡ ਕਰਕੇ ਸਰਪੰਚ ਸਸਪੈਂਡ ਕਰਕੇ ਚੌਂਕੀਦਾਰ ਸਸਪੈਂਡ ਕਰਕੇ ਬੱਚਿਆਂ ਦੇ ਪਾਸਪੋਰਟ ਨਹੀਂ ਬਣਨਗੇ ਵੈਰੀਫਿਕੇਸ਼ਨ ਨਹੀਂ ਯਾਰ ਇਹ ਤੁਗਲਕੀ ਫਰਮਾਨ ਇਹਦਾ ਮਤਲਬ ਤੁਹਾਡੇ ਬੌਧਿਕਤਾ ਜਿਹੜੀ ਉਹ ਪੰਜਾਬ ਕੰਗਾਲ ਦੇ ਵਿੱਚ ਹੈ ਤੁਹਾਡੇ ਕੋਈ ਇਦਾਂ ਦੀ ਕੋਈ ਪਾਲਿਸੀ ਬਣੀ ਨਹੀਂ ਹੈਗੀ ਤੇ ਕਿਉਂ ਨਹੀਂ ਇੱਕ ਅਜਿਹੇ ਕਲਸਟਰ ਬਣਾਏ ਜਾਂਦੇ ਆਗੇ ਪੰਜਾਂ ਪਿੰਡਾਂ ਪਿੱਛੇ ਬਣਾ ਲਓ ਦਸਾਂ ਪਿੰਡਾਂ ਪਿੱਛੇ ਬਣਾ ਲਓ ਕਿ ਪ੍ਰਾਲੀ ਇੱਥੇ ਢੇਰ ਲਾ ਦਿਓ ਤੁਹਾਡੇ ਕੋਲ ਇੰਨੀ ਜਿਹੜੀ ਆ ਉਹ ਪਬਲਿਕ ਪ੍ਰੋਪਰਟੀ ਪਈ ਹੈਗੇ ਜਾਂ ਸ਼ਾਮਲਾੜ ਜ਼ਮੀਨਾਂ ਨੇ ਕਿ ਡੀਸੀ ਲੈਵਲ ਤੇ ਜਾਂ ਸਟੇਟ ਲੈਵਲ ਤੇ ਪੰਜਾਂ ਪੰਜਾਂ ਪਿੰਡਾਂ ਪਿੱਛੇ ਜਿਹੜੇ ਸ਼ਾਮਲਾੜ ਥਾਵਣ ਉਥੇ ਕਿਉਂ ਨਹੀਂ ਜਿਵੇਂ ਗੁਜਰਾਂ ਨੇ ਪ੍ਰਾਲੀ ਦੇ ਢੇਰ ਲਾਏ ਹੁੰਦੇ ਨੇ ਮੂਸਲ ਜੇ ਬਣਾਏ ਹੁੰਦੇ ਨੇ ਉਦਾਂ ਦੇ ਕਿਉਂ ਨਹੀਂ ਸਰਕਾਰ ਕਿਉਂ ਨਹੀਂ ਬਣਾ ਸਕਦੀ ਤੁਹਾਡੇ ਕੋਲ ਡੀਸੀ ਰੀਲੀਫ ਫੰਡ ਹੁੰਦਾ ਤੁਹਾਡੇ ਕੋਲ ਰੈੱਡ ਕਰਾਸ ਫੰਡ ਹੁੰਦਾ ਤੁਹਾਡੇ ਕੋਲ ਬਥੇਰੇ ਫੰਡ ਨੇ ਜਾ ਵੈਸੇ ਪਿੰਡਾਂ ਦੀ ਡਿਊਟੀ ਲੱਗੇ ਕਿ ਪ੍ਰਾਲੀ ਨੇ ਸਾੜੂ ਇਕੱਠੀ ਕਰਕੇ ਇੱਥੇ ਪਹੁੰਚਾ ਦਿਓ ਪੰਜਾਬ ਦੇ ਵਿੱਚ ਕਿੰਨੀਆਂ ਗਊਸ਼ਾਲਾ ਰਹਿ ਗਿਆ ਨੇ ਚਲੋ ਸਾਡੇ ਪੰਜਾਬ ਦੇ ਡੰਗਰ ਪ੍ਰਾਲੀ ਨਹੀਂ ਖਾਂਦੇ ਹੈਗੇ ਹਰਿਆਣੇ ਦੇ ਖ ਡੰਗਰ ਪ੍ਰਾਲੀ ਖਾ ਲੈਂਦੇ ਹਿਮਾਚਲ ਦੇ ਡੰਗਰ ਪ੍ਰਾਲੀ ਖਾ ਲੈਂਦੇ ਹੈਗੇ ਨੇ ਕੁਕ ਪਰਾਲੀ ਛੇਤੇ ਗਲਤ ਨਹੀਂ ਹੈਗੀ ਜਾਂ ਇਦਾਂ ਦੇ ਕਈ ਫੈਕਟਰੀਆਂ ਵੀ ਕਈਆਂ ਨੇ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਕਿਉਂ ਨਹੀਂ ਸਰਕਾਰ ਉਧਰ ਕਰ ਦੇ ਕਿਉਂ ਨਹੀਂ ਸਰਕਾਰ ਕਹਿੰਦੀ ਕਿ ਜਿਹੜੇ ਵੀ ਨੌਜਵਾਨ ਇਹ ਪਰਾਲੀ ਨੂੰ ਵਾਲੀ ਤਕਨੀਕ ਇਕੱਠੀ ਕੋਈ ਨਾ ਜਿਵੇਂ ਇੱਥੇ ਫਾਦੇਗੜ ਸਾਹਿਬ ਏਰੀਏ ਦੇ ਬੜਾ ਕਿਸੇ ਨੇ ਪ੍ਰਬੰਧ ਸ਼ੁਰੂ ਕੀਤਾ ਜਾਂ ਰਾਜਪੁਰੇ ਬੜਾ ਕਿਸੇ ਨੇ ਪ੍ਰਬੰਧ ਸ਼ੁਰੂ ਕੀਤਾ ਅਸੀਂ ਉਹਨਾਂ ਨੂੰ 100% ਸਟਾਰਟਅਪ ਦਵਾਂਗੇ ਕਿਉਂ ਨਹੀਂ ਇਦਾਂ ਦੇ ਪਾਸੇ ਤੇ ਸਰਕਾਰ ਤੇ ਆ ਜਾਣੇ ਇਹਦੇ ਐਗਰੀਕਲਚਰ ਪਾਲਿਸੀ ਦਾ ਹਿੱਸਾ ਹੋਣਾ ਚਾਹੀਦਾ ਹੈ ਹੁਣ ਐਗਰੀਕਲਚਰ ਪਾਲਸੀ 500 ਪੇਜ ਦੀ ਬਣਾ ਛੱਡੀ ਕੱਲ ਜਿਹੜੀ ਮੀਟਿੰਗ ਹੈ ਪਹਿਲਾਂ ਜੀ ਜਿਹੜੇ 21 ਜਿਹੜੇ ਇੱਕ ਮਕਦਮੇ ਦਰਜ ਕੀਤੇ ਕਿਸਾਨਾਂ ਦੇ ਪਹਿਲਾਂ ਉਹ ਰੱਦ ਕਰੋ ਸਾਡੀਆਂ ਮੰਗਾਂ ਤੇ ਇਹ ਵਾ ਸਾਡੀਆਂ ਮੰਗਾਂ ਤੇ ਜੈਨੂਨ ਨਹੀਂ ਹੈਗੇ ਨੇ ਇਸ ਕਰਕੇ ਜਿਹੜੀਆਂ ਪੀਐਸਐਚਓ ਜ਼ਿੰਮੇਵਾਰ ਇਹ ਸਾਰੇ ਤੁਗਲ ਕੀ ਫਰਮ ਟੈਂਪਰੇਰੀ ਨੇ ਪੱਕੇ ਨਹੀਂ ਆ ਪਰਾਲੀ ਦੀ ਸਮੱਸਿਆ ਦਾ ਹੱਲ ਲੱਭਣ ਵਾਸਤੇ ਸਰਕਾਰ ਕੋਲ ਪੱਕਾ ਹੱਲ ਨਹੀਂ ਹੈ ਤੇ ਮਾੜੀ ਗੱਲ ਹੈਗੀ ਸਾਨੂੰ ਕੋਈ ਨਾ ਕੋਈ ਪੱਕੇ ਹੱਲ ਲੱਭਣੇ ਪੈਣਗੇ ਜੀ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ 16 ਨੇ ਸੱਚ ਵਿੱਚ ਅਸੀਂ ਇਨਾ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ